ਮਰਨ ਨਹੀਂ ਤੂੰ ਢਿੱਡ ਲੈ ਫਿਰ ਆਰਾਮ
ਚਲੋ ਰਾਮ ਨਾਲ ਦੱਸੋ ਖਾਣਾ ਹੋ ਕੀ ਨਾਂ ਤੇਰਾ ਮੇਰਾ ਨਾਮ ਰੱਖਾ ਹੈ ਰੱਖਾ ਅੱਲਾ ਮਾਫ ਕਰੇ ਤੇ ਲੱਗਦਾ ਕਿਸੇ ਚੁੱਲ੍ਹੇ ਤੇ ਰੱਖਤਾ ਸੀ ਮੇਰੀ ਬੀਵੀ ਨਾ ਬਤਮੀ ਸੀ ਮੇਰੇ ਪਿੱਛੇ ਕੁੜੀਆਂ ਇੰਨੀਆਂ ਫਿਰਦੀਆਂ ਸੀ
ਫੇਰ ਮੈਂ ਅੱਗੇ ਲੱਡੂ ਵੇਚਦਾ ਫਿਰਨਾ ਸੋ ਪਿੱਛੇ ਫਿਰੀ ਜਾਂਦੀ ਮੇਰੇ ਖਾਨੇ ਖਰਾਬ ਹੋਣ ਮੈਂ ਕਿਹਾ ਸ਼ਾਇਦ ਤੂੰ ਚੰਗੀ ਗੱਲ ਕਰਦੇ ਮੇਰਾ ਦਿਲ ਠੀਕ ਹੋ ਜਾਵੇ ਤੇਰੇ ਹੱਥੇ ਅੱਛਾ ਮੈਂ ਕਿਹਾ ਮੇਰੀ ਗੱਲ ਸੁਣੋ ਕੰਮ ਕਰਦੀ ਨਹੀਂ ਤੂੰ ਕੋਈ ਤੇ ਗੱਲਾਂ ਕਿਹੜਾ ਕੰਮ ਕਰਾਂ ਤੂੰ ਜਿਹੜਾ ਕੰਮ ਕਰਨਾ ਤੇਰੇ ਕੋਲ ਆਪਣਾ ਕੰਮ ਤੇ ਹੁੰਦਾ ਨਹੀਂ ਖਾਨਾ ਖਰਾਬ ਕਿਸੇ ਦਾ ਕੰਮ ਤੂੰ ਸੁਆ ਤੇ ਮਿੱਟੀ ਕਰਨਾ ਉੱਤਰ ਜਾਣੇ ਆ ਤੇਰੇ ਕੱਖ ਨਾ ਰਹਿ ਜਾਂ ਇਹ ਮੂੰਹ 'ਚ ਕੀ ਪਾ ਲੈਣਾ ਕੀ ਆਦਤਾਂ ਪੈ ਗਈਆਂ ਮੂੰਹ 'ਚ ਪਾਉਂਦੀ ਹੈ ਤੈਨੂੰ ਮੈਨੂੰ ਸ਼ਰਮ ਆਉਂਦੀ ਨਾ ਖਾਨਾ ਖਰਾਬ ਤੇ ਪੁੱਤਰਾ ਤੂੰ ਹੱਥ ਖੋਲ ਲੈ ਤੇਰੇ ਕੱਖ ਨਾ ਰਹਿ ਜਾਂ ਕੀ ਦੁਕਾਨਦਾਰ ਹੈ ਜਿਹਨਾਂ ਕੋਲ ਹੈ ਨੇ ਬਖਾ ਬਖਾ ਹਿੱਟ ਹੋ ਗਈ ਤੂੰ ਰੁਕਾ ਕੇ ਕੀ ਕਰ ਲੈਣਾ ਉੱਤਰ ਜਾਣੇ ਆ ਹੱਸੀ ਜਾਣਾ ਗਲਤ ਦੰਦਾਂ ਵਾਲਿਆਂ ਮੂੰਹ ਦੇ ਖਿਲਾਫ ਕਮੀਜ਼ ਦਾ ਰੰਗ ਪਾ ਲਈ ਬਗੈਰਤਾ ਮੈਂ ਤੇਰੇ ਕੱਖੜੇ ਮੈਂ ਕਹਿੰਦੀ ਅੱਲਾ ਕਰੇ ਤੈਨੂੰ ਮੌਤ ਹੀ ਆ ਜਾਵੇ ਮੈਂ ਕਹਿੰਦੀ ਸ਼ਾਇਦ ਮੈਂ ਬੇਵਾ ਲੋਕੀ ਮੈਨੂੰ ਸਮਝ ਕੇ ਕੋਈ ਚੀਜ਼ ਦੇ ਜਾਣਾ ਆ ਕੇ ਤੇਰੀ ਵਜ੍ਹਾ ਤੋਂ ਕੋਈ ਮੇਰੇ ਕੋਲ ਨਹੀਂ ਪਾਉਂਦਾ ਮੈਨੂੰ ਕਹਿੰਦੇ ਕੁੜੀ ਜਾਂ ਪਾਗਲ ਹੀ ਇਹਨੂੰ ਹੋਇਆ ਕੀ ਹੈ ਮੈਂ ਕਹਿੰਦੀ ਨਹੀਂ ਮੈਨੂੰ ਵੈਸੇ ਕੋਈ ਅੰਟੀਕ ਪੀਸ ਰੱਖਣ ਦੀ ਆਦਤ ਬਸ ਦੇਖੀ ਜਾਂਦੀ ਦੇਖੀ ਜਾਂਦੀ ਨਜ਼ਰ ਆਉਣੀ ਮੈਨੂੰ ਤੈਨੂੰ ਬੇਟੇ ਸਿਗਰਟ ਵੀ ਨਗਾ ਵਿੱਚ ਨਜ਼ਰ ਨਹੀਂ ਆਉਂਦਾ ਨਜ਼ਰ ਕਿਹੜੀ ਤੈਨੂੰ ਲੱਗਣੀ ਹੈ ਉਹ ਵੀ ਵੀ ਕੁੜੀਆਂ ਖਲੋ ਕੇ ਮੇਰਾ ਇੰਤਜ਼ਾਰ ਕਰਦੀਆਂ ਸੀ ਹਾਏ ਉਹ ਕਾਦੇ ਵਾਸਤੇ ਮੈਂ ਕਾਲਜ ਦੀ ਬੱਸ ਚਲਾਉਣਾ ਹੁੰਦਾ ਸੀ ਤੇਰੇ ਕੋਲ ਪ੍ਰਸਿੱਧੀ ਤੇ ਸਹੀ ਗੱਲ ਹੈ ਕਿ ਜਿੱਦਾਂ ਤਾਂ ਮੈਂ ਤੇਰੇ ਤੋਂ ਮੁਤਾਸਰ ਹੋ ਜਾਵਾਂ ਸੱਪ ਡਰਦੇ ਮੇਰੇ ਕੋਲ ਸੱਪ ਉਹ ਕਾਨੂੰ ਮੈਂ ਨਹੀਂ ਫਨੀ ਉਹ ਸੱਪ ਮੇਰੇ ਸਾਹਮਣੇ ਖਲੋ ਗਿਆ ਮੈਂ ਕਿਹਾ ਮੈਨੂੰ ਡੰਗ ਮਾਰ ਲਵੇ ਫੇਰ ਕਹਿੰਦਾ ਨਹੀਂ ਮੁਰਸ਼ਦ ਮੈਂ ਤੁਹਾਡੇ ਕੋਲ ਜ਼ਹਿਰ ਭਰਾਉਣਾ ਹੈ ਹੋਏਗਾ ਇਨਸ਼ਾਅੱਲਾ ਕੋਈ ਨਹੀਂ ਅਮੀਤ ਤੇ ਦੁਨੀਆ ਕਾਇਮ ਹੈਗੀ ਮੈਂ ਕਹਿੰਦੀ ਆ ਮੇਰੇ ਚਲੋ ਚੰਗੇ ਕੰਮ ਕਰਾਉਣਾ ਚਾਹਨੇ ਕਿਹੜੇ ਚੰਗੇ ਕੰਮ ਕਰਨਾ ਹੈ ਅੰਡਰ ਪਾਸ ਜਿੰਨੇ ਬਣਾਏ ਨਾ ਅੰਡਰ ਪਾਸ ਨਹੀਂ ਬਣੇ ਆਹੋ ਆਹੋ ਨਹਿਰ ਤੇ ਸਾਰੇ ਮੈਂ ਬਣਾਏ ਨੇ ਤੂੰ ਬਣਾਏ ਨੇ ਬਸ ਫਿਰ ਮੈਂ ਛੱਡਦਾ ਦਿਹਾੜੀ ਵੀ ਸੀ ਸਹੀ ਦਿੰਦੇ ਮੈਨੂੰ ਕੰਮ ਦੀ ਗੱਲ ਨਹੀਂ ਤੈਨੂੰ ਆਉਂਦੀ ਕੰਮ ਦੀ ਹੋਰ ਕੀ ਕੰਮ ਦੀ ਗੱਲ ਬਾਬਾ ਕਦੀ ਪਸਾਣ ਵਾਲੀਆਂ ਵੀ ਗੱਲਾਂ ਕਰੇਗਾ ਕਿ ਮੁਹੱਬਤ ਦੀ ਗੱਲ ਕਰੇਗਾ ਚਲ ਭਾਵੇਂ ਤੇਰੀ ਸ਼ਕਲ ਹੀ ਤੇਰੀ ਗੱਲਾਂ ਤੇ ਰਹਿ ਜਾਵਾਂ ਅੱਛਾ ਆਹੋ ਹੱਥ ਕਿਉਂ ਘੁੱਟਣਾ ਹਰ ਚੀਜ਼ ਘੁੱਟ ਘੁੱਟ ਕੇ ਬੇੜੇ ਕਰੇ ਕਰ ਲਈ ਤੇਰੇ ਕੱਖ ਨਾ ਰਹਿ ਛੱਡ ਡੱਬੇ ਬੱਚੇ ਤੇ ਫਿਰ ਡੱਬ ਖੜੱਬੇ ਪੈਦਾ ਹੋਣੇ ਆ
ਕੱਬ ਖੜੱਪੇ ਖਾਨ ਸਾਹਿਬ ਪੂਛਣਾ ਲੈ। ਅੱਛਾ ਜੀ, ਹਾਂ ਹਾਂ ਪਿੱਛੇ ਪਾਗਲ ਹੋ ਗਈ ਸੀ। ਅੱਛਾ ਜੀ, ਹਾਂ ਫਿਰ ਮੈਂ ਦਾਖਲ ਕਰਾਇਆ, ਸਹੀ ਕਰਾਇਆ, ਹੁਣ ਸਹੀ ਹੋਈ। ਇਹਦੇ ਪਿੱਛੇ ਪਾਗਲ ਭਲਾ ਕਿਉਂ ਹੋਈ ਸੀ? ਕਿਉਂ ਹੋਈ ਸੀ? ਇਹਦੀ ਬੋ ਹੀ ਬੜੀ ਏ। ਮਰਿਆ ਤੂੰ, ਤੈਨੂੰ ਬੱਚਾ ਜੰਮੋ, ਤੁਸੀਂ ਸਾਜ਼ਿਸ਼ਾਂ ਕਰਨ ਲੱਗ ਪਏ ਆ। ਮੇਰੇ ਤੇ ਜੰਮਣ ਤੇ ਖੁਸਰੇ ਆਏ। ਅੱਛਾ, ਖੁਸਰੇ ਉਹ ਨੱਚੇ, ਖੁਸਰੇ ਕਹਿੰਦੇ 500 ਰੁਪਏ ਲੈਣਾ। ਹਾਂ ਅੱਬਾ, ਮੇਰਾ ਗੁੱਸੇ ਬਾਹਰ ਨਿਕਲਿਆ, ਖੁਸਰੇ ਨੂੰ ਕਹਿੰਦਾ 500 ਮੈਨੂੰ ਫੜਾਓ ਤੇ ਮੁੰਡਾ ਲਾਇਓ। ਕੱਪੜੇ ਕਿਹੋ ਜਿਹੇ ਪਾਏ? ਕੱਪੜੇ ਪਾਏ ਨੇ, ਸ਼ਾਪਰ ਬੰਨੇ ਨੇ।
ਬਹੁਤ ਅੱਛੇ ਬਹੁਤ ਅੱਛੇ ਭਾਈ ਭੱਟ ਸਾਹਿਬ ਮਰੇ
ਦਿਲ ਕਰਦਾ ਸੀ ਆ ਵੀ ਐਕਸ਼ਨ ਕਰਾਂ, ਆ ਵੀ ਕਰਾਂ, ਇੰਜ ਵੀ ਕਰਾਂ ਤੇ ਇੰਜ ਵੀ ਕਰਾਂ ਕਰਕੇ ਦਾ ਤੇ ਬਾਹਰ ਕੋਲ ਕਿਵੇਂ ਕੰਮ ਲੈਂਦਾ ਸੀ? ਕਿਵੇਂ ਲਿਆ ਸੀ? ਕਿਵੇਂ ਲੱਡੂ ਗਾਉਂਦਾ? ਕਿਵੇਂ ਗਾਉਂਦਾ ਸੀ ਭਲਾ? ਕਿਵੇਂ ਲੱਡੂ ਮੋਤੀ ਚੂਰ ਗਾ ਮੇਰੀ ਜਵਾਨੀ, ਹਾਏ ਲੱਡੂ ਮੋਤੀ ਚੂਰ ਗਾ ਮੇਰੀ ਜਵਾਨੀ, ਬੜਾ ਮਜ਼ਾ ਆਏਗਾ ਜਗ ਦਿਲ ਜਾਨੀ ਲੱਡੂ। ਜਦੋਂ ਉੱਤੇ ਕਰਦਾ ਸੀ ਉਦੋਂ ਬਾਹਰ ਥੱਲੇ ਡਿੱਗਦੀ ਸੀ। ਉਹਨੂੰ ਖੁਸਰਾ ਠੀਕ ਹੋ ਗਿਆ ਜੀ। ਅੱਛਾ ਜੀ, ਚੋਗਰ ਪਾ ਕੇ ਫਿਰਦਾ। ਲੱਖਾਂ ਮਿਲਾਂ ਸਾਡੀ ਜੁਗਤਾਂ ਦੀ ਫੈਕਟਰੀ ਆ ਬਸ, ਉੱਥੇ ਜੁਗਤਾਂ। ਤੁਸੀਂ ਉਹਨੂੰ ਕਹਿਣਾ ਕਿ ਸਾਡੀ ਕੋਈ ਇੱਕ ਮਿਲ, ਇਹਨੂੰ ਮਿਲ, ਉਹਨੂੰ ਮਿਲ, ਸ਼ੂਗਰ ਮਿਲ, ਕੀ ਹਾਲ? ਤੁਸੀਂ ਬਸ ਘਬਰਾਓ ਹੀ ਨਾ, ਤੁਸੀਂ ਬੰਦਾ ਬੁਲਾਓ ਆਪਣੇ ਭਰਾ ਨੂੰ। ਲਾਲਾ ਮੈਨੇਜਿੰਗ ਡਾਇਰੈਕਟਰ ਖਲੋਤੇ ਹਾਂ ਜੀ, ਅਫਸਰਾਂ ਨੇ ਮਹਿਕਮਾ ਮੌਸਮੀਆਤ ਤੋਂ ਅੱਗੇ ਨਿਕਲੇ ਇਹ ਤੁਹਾਨੂੰ ਬੜੀ ਵੱਡੀ ਵੱਡਾ ਵੱਡਾ ਅਹੁਦਾ ਦੇਣ ਆਏ ਨੇ। ਚਲ ਠੀਕ ਹੈ ਯਾਰ, ਤੁਸੀਂ ਇਹਨਾਂ ਦੀ ਫੈਕਟਰੀ 'ਚ ਸੁਪਰਵਾਈਜ਼ਰ ਲੱਗਣਾ ਹੈ। ਮੈਂ ਕਹਿੰਦਾ ਤੂੰ ਨੌਕਰੀ ਵੀ ਲਵਾ ਦੇ ਅੱਗੇ, ਮੈਂ ਇਸ ਘਰ 'ਚ ਰਹਿ ਰਿਹਾ ਕਿ ਤੰਨੇ ਦੇ ਪੂਰਾ ਮੱਲਾ ਤਾਨੇ ਮਾਰਦਾ ਕਿ ਘਰ ਜਵਾਈ ਉਹ ਘਰ ਜਵਾਈ ਤੇ ਬੰਦਾ ਯਾਰ ਹੋਏਗਾ ਤੇ ਮੇਰਾ ਹੱਥ ਨਾ ਜੋੜਿਆ ਕਰ, ਬਸ ਤੇਰਾ ਮੂੰਹ ਹੀ ਕਾਫੀ ਨਾ ਕਰੇਗਾ। ਲਾਲਾ ਤੂੰ ਵੀ ਵਾਲ ਸਹੀ ਕਰ ਨਾ ਕਰ ਯਾਰ, ਲੱਗਦਾ ਲੜਾਈ ਵਾਲਾ ਕੁੱਕੜ ਫਿਰਨ ਦਾ। ਉਹ ਤੂੰ ਛੱਡ ਦੇ, ਤੂੰ ਲੜਾਉਣਾ ਖਾਨਾ ਖਰਾਬ ਦੇ ਪੁੱਤਰਾ, ਤੇਰੀ ਮਿਹਰਬਾਨੀ ਨੌਕਰੀ ਦੱਸ ਦੋ। ਇਹ ਨੌਕਰੀ ਦੀ ਫੈਕਟਰੀ ਹੈ ਨਾ ਜੀ, ਚੁਗਨੈਜ਼ਰ ਹੋ ਤੁਸੀਂ, ਚੁਗਨੈਜ਼ਰ ਬੜਾ ਕਿ ਨਹੀਂ ਚੁਗਨੈਜ਼ਰ ਜੀ ਦੇ ਪੈਸੇ ਚੁੱਕਣ ਵਾਲੇ ਨੇ। ਨਹੀਂ ਨਹੀਂ ਯਾਰ, ਮੈਂ ਕੁਝ ਸਮਝਿਆ ਨਹੀਂ। ਮੈਂ ਦੱਸ ਰਿਹਾ ਇਧਰ ਆਓ, ਇੱਥੇ ਆਓ। ਤੁਸੀਂ ਸ਼ਾਦੀ ਕਿਉਂ ਕੀਤੀ ਹੈ? ਬਸ ਯਾਰ ਮੈਂ ਕਾਰੋਬਾਰ ਕਰਦੇ ਪਲਾਸਟਿਕ ਦੇ ਭਾਂਡੇ ਵੇਚਦੇ, ਇਹਨਾਂ ਦਾ ਮਤਲਬ ਤੇਰਾ ਭਾਂਡੇ ਦਾ ਕੀ ਤਿਲ ਕੇ ਤੇਰਾ ਪਿਆਲਾ ਤੇ ਮੀਟਰ ਨੂੰ ਤੇ ਪਿਆ ਹੁੰਦਾ ਹੈ। ਹਲਕੀ ਜੀ ਲਿਪਸਟਿਕ ਲਾਉਣੀ ਹੈ, ਦੋ ਤਿੰਨ ਵਾਰੀ ਤਕਲੀਫ ਹੋਣੀ, ਬਾਅਦ ਚ ਕੰਮ ਖੁੱਲ ਜਾਣਾ। ਪੈਸੇ ਹੀ ਪੈਸੇ ਉੱਥੋਂ ਨਵੇਂ ਨੋਟਾਂ ਦਾ ਭਰ ਕੇ ਆ ਜਾਣਾ। ਕੀ ਫਾਇਦਾ, ਜਿੰਨੇ ਪੈਸੇ ਚੁੱਕਣੇ ਉਹਦੇ ਨਾਲ ਬਹੁਤੇ ਉੱਤੇ ਲੱਗ ਜਾਣੇ। ਨਹੀਂ ਪੰਜਾਬ 'ਚ ਫੰਕਸ਼ਨ ਕਰਦੇ ਨੇ। ਮੈਂ ਕਹਿੰਦਾ ਜਿੱਥੇ ਮਰਜ਼ੀ ਕਰੋ ਮੈਂ ਦਹਾ ਜਾ, ਬਰਾਸੀਓ ਬਗੈਰ ਤੋਂ ਮੈਂ ਤੁਹਾਨੂੰ ਖੁਸਰਾ ਲੱਗਣਾ, ਮੈਂ ਖੁਸਰਾ ਨਾ ਜਾਵਾਂਗਾ। ਯਾਰ ਕੀ ਹੋਣਾ ਇਹਦੇ 'ਚ, ਦੋ ਵਾਰੀ ਇੰਜ ਕਰਨਾ ਤੂੰ ਪੁੱਛਾਂ ਮਰਾ ਗਿਆ ਆਪਣੇ ਕਹਿੰਦਾ ਹਾਂ ਸਾਨੂੰ ਇੰਜ ਕਰਨਾ ਲਾਂਤੀ ਨਾਲ ਕੱਢ ਲੈਣ ਬਾਹਰ। ਉਹ ਕਿੱਧਰ ਗਾਇਬ ਹੋ ਗਈ ਬਰਾਸੀ ਜਿਹੜਾ ਹੁਣ ਬੱਤਰੀ ਦਾ ਲਾਲਾ ਕਰ ਲੈ ਨੌਕਰੀ ਯਾਰ ਤੇਰੀ, ਉਹ ਬੜੀ ਮੁਸ਼ਕਲ ਆ। ਮੈਂ ਅਫਸਰ ਨੂੰ ਮਨਾ ਕੇ ਲਿਆਇਆ ਖਾਨ ਸਾਹਿਬ। ਕਿਹੜੇ ਅਫਸਰ ਦੇ ਹੋਏ ਖਾਨ ਸਾਹਿਬ? ਅਫਸਰ ਖਾਨ ਨੇ ਉਹ ਚਲਾ ਦਫਾ ਹੋ ਬਰਾਸੀਆਂ ਨੂੰ ਕਰਦ ਵਿੱਚ ਬੁਲਾ ਕੇ ਜ਼ਲੀਲ ਕੀਤਾ ਸਾਡੀਆਂ ਬਾਥੋਂ ਦੇ ਨਾਲ ਜਾਣਾ ਕੀ ਕਰੇਗਾ? ਤੁਹਾਨੂੰ ਮੌਲਾ ਨੇ ਚੁੱਕਣਾ, ਤੁਹਾਨੂੰ ਮੌਲਾ ਨੇ ਚੁੱਕਣਾ, ਤੁਸੀਂ ਗੱਡੀ ਥੱਲੇ ਆਉਣਾ ਜਾਓਗੇ। ਹਾਂ ਹਾਂ, ਫੌਜੀ ਗੱਡੀ ਥੱਲੇ ਆਉਣਾ, ਤੁਹਾਡਾ ਪਰਚਾ ਵੀ ਨਹੀਂ ਹੋਣਾ। ਜਾ ਮਰਾਸੀਆਂ, ਤੁਹਾਨੂੰ ਵੀ ਤੁਹਾਨੂੰ ਵੀ ਬਾਦੋ ਆਈ ਮਰਾਸੀਆਂ। ਬਾਦੋ ਆ ਖਾਨ ਸਾਹਿਬ ਨੁਸਰਤ ਖਾਨ ਦੀਆਂ ਕੁਆਲੀਆਂ ਤੁਹਾਡੇ ਟੀਵੀ ਤੇ ਲੱਗਣ। ਅੱਛਾ, ਤੇ ਚੈਨਲ ਖਰਾਬ ਹੋ ਜਾਏ। ਹਾਏ ਮਰੇ ਤੂੰ, ਹਾਂ ਜਾ ਤੈਨੂੰ ਵੀ ਬਦਵਾਈ ਆ ਗਿਆ ਕਰੇ। ਸੁਹਾਗ ਰਾਤ ਵਾਲੇ ਦਿਨ ਕੁੰਡ ਚੁੱਕੇ, ਅੰਦਰੋਂ ਬਦਰ ਮਨੀਰ ਨਿਕਲੇ।
ਕਰੇਲੇ ਪਾਉਣੇ ਸਨ ਵਿੱਚ ਔਰ ਤੁਹਾਨੂੰ ਪਤਾ ਨੀ ਮਰਾਸੀ ਕਰੇਲੇ ਦੀ ਸਗੇ ਭਣਵਈਏ ਤੋਂ ਬਾਅਦ ਇੱਜ਼ਤ ਕਰਦੇ ਕਰੇਲਾ ਜ਼ਮੀਨ ਤੇ ਪਿਆ ਚੁੰਮ ਕੇ ਉੱਤੇ ਰੱਖਦੇ ਨੇ ਕੱਲ ਸੜਕ ਦੇ ਉੱਤੇ ਕਰੇਲਾ ਪਿਆ ਇੱਕ ਮਰੇ ਗੱਡੀ ਵਾਲੇ ਨੇ ਕਰੇਲੇ ਦੇ ਉੱਤੇ ਗੱਡੀ ਲਗਾਤੀ ਮੈਂ ਕਿਹਾ ਗੱਡੀ ਵਾਲਿਆ ਤੈਨੂੰ ਮੌਲਾ ਨੇ ਚੁੱਕਣਾ ਹੀ ਤੂੰ ਸਬਜ਼ੀਆਂ ਦਾ ਮੁਰਸ਼ਦ ਮਾਰ ਦਿੱਤਾ ਮਰਾਸੀ ਲੋਕ ਐਡੇ ਡਲੀ ਕੌਮ ਮੈਂ ਨਹੀਂ ਜ਼ਿੰਦਗੀ ਦੇ ਕੀ ਬਹਾਦਰ ਸਰਦੀਆਂ ਦੀ ਮਰਾਸੀਆਂ ਦੇ ਘਰ ਕੋਈ ਮਹਿਮਾਨ ਆ ਜਾਣਾ ਉਹ ਬੂਹਾ ਖੜਕਾ ਖੜਕਾ ਮਰ ਜਾ ਕੁੰਡੀ ਨਹੀਂ ਖੋਲਣਗੇ ਰਜ਼ਾਈ ਚੋਂ ਕਹਿਣਗੇ ਭਾਈ ਕੁੰਡੀ ਠੰਡੀ ਆ ਕੰਧ ਟਾਪਿਆ ਬਈ ਠੰਡ ਤੋਂ ਭਾਈ ਪਰੌਣੇ ਨੂੰ ਚਾਹੀਦਾ ਵੀ ਧੁੱਪ ਚੜੀ ਤੇ ਆ ਜਾਵੇ ਉਹ ਤੂੰ ਤੇ ਮੇਰੇ ਨਾਲ ਤੈਨੂੰ ਮਰਾਸੀ ਮੈਂ ਲੈ ਕੇ ਆਇਆ ਤੈਨੂੰ ਮਰਾਸੀਆਂ ਦੀ ਗੱਲ ਦਾ ਕਿਉਂ ਗੁੱਸਾ ਲੱਗ ਰਿਹਾ ਬਾਜ ਰਿਹਾ ਕੀ ਹੋਇਆ ਤੈਨੂੰ ਮੈਂ ਰਾਣਿਆਂ ਦਾ ਮੁੰਡਾ ਮੈਂ ਵੀ ਨਾ ਮੇਰੇ ਤੋਂ ਅੱਛਾ ਜੀ ਇਹ ਨੌਕਰੀ ਮੈਂ ਨਹੀਂ ਕਰਨੀ ਚਲੋ ਆਪਣੇ ਸਿਰ ਤੇ ਚਲੋ ਰਾਣੇ ਦਾ ਆ ਜਾ ਸਾਡੇ ਨਾਲ ਆ ਕਿੱਧਰ ਆ ਨੋਟਾਂ ਦੇ ਬੰਬਾਰ ਹੋ ਜਾਣੇ ਮੈਂ ਛਿੱਤਰ ਮਾਰਨੇ ਮੈਂ ਤੈਨੂੰ ਜ਼ਨਾਨਾ ਲੱਗਣਾ ਉਹ ਤੇ ਇੱਥੇ ਉੱਥਾ ਹੋਮ ਦੇ ਆਈ ਆ ਤਾਰਕ ਦੀ ਸ਼ੋਅ ਚ ਗਿਆ ਆਈ ਤਾਰਕ ਜੀ ਨੇ ਕਿਹਾ ਹੈ ਕੋਈ ਨੌਜਵਾਨ ਜਿਸ ਕੀ ਬਹਿਨ ਦੌੜ ਗਈ ਹੋ ਕਹਿੰਦਾ ਮੈਂ ਮਾਫੀ ਦੇਣਾ ਮੈਨੂੰ ਖਾਨ ਸਾਹਿਬ ਮੈਂ ਤੁਹਾਡਾ ਟਾਈਮ ਲਾਇਆ ਕੀਤਾ ਸਬਰ ਕਰ ਤੈਨੂੰ ਮਿਲਿਆ ਤੂੰ ਜ਼ਾਹਰ ਨਹੀਂ ਕਰਨ ਗਿਆ ਠੀਕ ਹੈ ਨਾ ਇਨਸ਼ਾਅੱਲਾ ਹੋ ਜਾਏਗਾ ਲੱਭ ਆਉਣ ਮੈਂ ਤੇ ਲਈ ਹੋਰ ਨੌਕਰੀ ਲੱਭ ਕੇ ਲਿਆਣਾ ਲਿਆ ਤੇ ਤੇਰੀ ਮਿਹਰਬਾਨੀ ਜਿਹੜੀ ਨੌਕਰੀ ਮਿਲੇ ਕਰ ਲਵੀਂ ਕਰ ਲੈ ਮੇਰਾ ਪੁੱਤਰ ਜਾ ਨੌਕਰੀ ਲੱਗੀ ਹੋਏ ਹੈ ਮੇਰਾ ਵੱਡਾ ਭਰਾ ਮੂੰਹ ਤੇਰਾ ਵਿਲਣਾ ਵਰਗਾ ਹੁੰਦਾ ਜਾਂਦਾ ਉਹ ਕੁਝ ਖਾਇਆ ਪੀਆ ਕਰ ਤੂੰ ਵੀ ਖਾਣਾ ਖਰਾਬਾ ਲੈਣੇ ਦਾ ਚਾਚਾ ਜੀ ਹੈਲੋ ਮੇਰੀ ਬੁੱਢੀ ਹੈ ਕਿ ਸੂਫੀ ਫੈਨ ਨੇ ਬੜਾ ਕੁਮਕੁਮ ਕਿਉਂ ਖਾਣ ਨਹੀਂ ਹੈ ਜਾਨੂ ਜੀ ਜਾਨੂ ਜੀ ਕਰ ਲੋ ਬਦਤਮੀਜ਼ੀਆਂ ਇਹ ਜੋ ਤੂੰ ਹਰਕਤ ਕੀਤੀ ਇਹਦੀ ਵਜ੍ਹਾ ਨਾਲ ਮੈਂ ਘਰ ਛੱਡ ਦੇਗਾ ਮਾਂ ਸਦਕੇ ਮਾਂ ਸਦਕੇ ਮੇਰਾ ਮਤਲਬ ਹੈ ਜਾਨੂ ਜੀ ਕੀ ਹੋਇਆ ਇਹ ਹੋਇਆ ਕੀ ਹੈ ਤੁਸੀਂ ਲੋਕ ਜ਼ਲੀਲ ਕਰ ਰਹੇ ਹੋ ਘਰ ਦੇ ਵਾਂਗੇ ਤਾਂ ਜ਼ਲੀਲ ਕਰਨ ਦੇ ਨਹੀਂ ਜਾਣ ਹੈ ਗੱਲ ਨਹੀਂ ਇਸ ਤਰ੍ਹਾਂ ਨਹੀਂ ਕਿ ਘਰ ਦੇ ਵਾਂਗੇ ਕਰੀ ਜਾਂਦਾ ਕੀ ਮਾਂ ਛੱਡੇ ਜਾਏ ਆਪ ਪਤਾ ਨਹੀਂ ਕਿੱਥੇ ਦਾ ਸਾਰੀ ਰਾਤ ਮੇਰੇ ਨਾਲ ਘਰ ਦਾ ਨੌਕਰ ਸੋਈ ਰੱਖਿਆ ਜੇ ਨਹੀਂ ਨਹੀਂ ਤੁਹਾਡੇ ਮੂੰਹ ਤੇ ਮੈਂ ਤੁਹਾਨੂੰ ਲੰਮਿਆਂ ਪਾ ਕੇ ਚੱਦਰ ਦੇ ਕੇ ਆਈ ਸਾਂ ਏਡਾ ਵੀ ਪਾਗਲ ਨਾ ਸਮਝ ਤੇਰੀ ਖੁਸ਼ਬੂ ਤੇ ਉਹਦੀ ਖੁਸ਼ਬੂ ਦਾ ਫਰਕ ਹੈ ਉਹ ਸਾਰੀ ਰਾਤ ਲੱਗਾ ਮੈਂ ਹਿੱਕ ਨਾਲ ਸੋਦਾ ਰਿਹਾ ਹਾਂ ਨਹੀਂ ਨਹੀਂ ਤੁਸੀਂ ਕੋਈ ਡਰਾਉਣਾ ਖਾਬ ਵੇਖ ਲਿਆ ਹੋਣਾ ਅੱਛਾ ਮੈਂ ਖਾਬ ਵੇਖਿਆ ਹਾਂ ਜੀ ਹਾਂ ਜੀ ਹਰ ਗੱਲ ਮੇਰੇ ਤੇ ਪਾ ਦਿਓ ਤੇ ਨੌਕਰ ਤੱਕ ਮੇਰੇ ਇਸ ਕਰਦੇ ਜ਼ਰੂਰੀ ਕਰਦੇ ਇਹਨਾਂ ਨੂੰ ਸਮਝਾ ਮੈਂ ਕਰਜਵਾਈ ਆਖਰ ਮੈਂ ਛੱਡ ਕੇ ਚੱਲਾਂਗਾ ਜਦੋਂ ਨੌਕਰੀ ਮਿਲਦੀ ਮੈਨੂੰ ਉਹ ਤੁਹਾਡੀ ਗੱਲ ਠੀਕ ਹੈ ਲੇਕਿਨ 15600 ਜਿਹੜਾ ਬਿੱਲ ਆਇਆ ਉਹਦਾ ਕੀ ਕਰਨਾ ਹੈ ਪਾ ਦਿਓ ਮੇਰੇ ਤੇ ਮੈਂ ਸਾਰਾ ਇਸਤੇਮਾਲ ਕੀਤਾ ਹੋਰ ਘਰ ਦੀਆਂ ਬੱਤੀਆਂ ਨਹੀਂ ਬਲਦੀਆਂ ਪਾਣੀ ਨਹੀਂ ਆਉਂਦਾ ਏਸੀ ਨਹੀਂ ਚੱਲਦਾ ਮੇਰੇ ਤੇ ਪਾ ਦਿਓ ਕਰਜਵਾਈ ਜੂਗਾ ਨਹੀਂ ਜਾਨੂ ਇਹ ਗੱਲ ਹੈ ਤੁਸੀਂ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਹੇ ਕੀ ਬਤਾ ਮਸਲਾ ਹੈ ਕਿ ਅੱਬਾ ਜੀ ਵੀ ਘਰ ਛੱਡ ਕੇ ਚਲੇ ਗਏ ਨੇ 2 ਦਿਨ ਹੋ ਗਏ ਨੇ ਉਹਨਾਂ ਨੂੰ ਵੀ ਲੈ ਕੇ ਆਣਾ ਕੀ ਬਣੇਗਾ ਚਲ ਚਲੇ ਗਏ ਨੇ ਚੰਗਾ ਹੈ ਕਿਹੜੀ ਲਤਾ ਨਾਲ ਰਾਲ ਹੋ ਕੇ ਜਨਮੀ ਕਰੋ ਆ ਲੱਭ ਲਾਂਗੇ ਅੱਬਾ ਜੀ ਆ ਜਾਣਗੇ ਕਬਰਸਤਾਨ ਜਾ ਕੇ ਬੈਠੇ ਅੱਛਾ ਪੂਰੇ ਮਹੱਲੇ ਦਾ ਬਾਜ਼ਾਰ ਬਣੇ ਮੈਂ ਗਿਆ ਮੈਂ ਕਿਹਾ ਚਲੋ ਸੋਹਰਾ ਮੈਂ ਕਿਹਾ ਸੋਹਰਾ ਦੀ ਘਰ ਚਲੋ ਉਹ ਕੋ ਮੈਨੂੰ ਕੱਚੀਆਂ ਇੱਟਾਂ ਮਾਰੀਆਂ ਕਬਰਾਂ 'ਚ ਪੁੱਟ ਪੁੱਟ ਕੇ ਕਿਉਂ ਮਲੰਗ ਉੱਥੇ ਪੰਗ ਪੀ ਰਹੇ ਉਹਨਾਂ ਨੇ ਮੈਨੂੰ ਕੁੱਟਿਆ ਦਰਵੇਸ਼ਾਂ ਨੂੰ ਤੰਗ ਕਰਨ ਬਗੈਰ ਤਾਂ ਘੜੀ ਬੁੜੀ ਸਵਾਹ ਸੋਚ ਕੇ ਡੰਡੇ ਮਾਰ ਰਹੇ ਮੈਨੂੰ ਅੱਛਾ ਤੁਸੀਂ ਮੇਰੇ ਨਾਲ ਨਾਰਾਜ਼ ਹੋ ਨਾਰਾਜ਼ ਆ ਹੋਰ ਕੀ ਆ ਜਾਨੂ ਹਾਂ ਮੇਰਾ ਸੀਨੇ ਤੇ ਅੱਧੀ ਰਾਤ ਵੇਲੇ ਆਵੇ ਕੱਚੀ ਨੀਂਦ ਰੇ ਜਗਾਵੇ ਹਾਏ ਅੱਧੀ ਰਾਤ ਵੇਲੇ ਆਵੇ ਕੱਚੀ ਨੀਂਦ ਰੇ ਜਗਾਵੇ ਤੂੰ ਆਖੋ ਲਾ ਕੇ ਚਸੀਨੇ ਨਾਲ ਲਾਵੇ ਮੈਂ ਮੰਜੀ ਉੱਤੇ
ਐਡਾ ਅੱਛਾ ਨਸ਼ੀਆ ਬਿਜਲੀ ਦਾ ਬਿੱਲ ਕਰੀ ਜਮਾ ਹੋਇਆ ਜਾਨੂ ਉਹ ਸਾਡੇ ਜਿਹੋ ਜਿਹਾ ਤੂੰ ਨੱਚੀ ਸਾਡੇ ਪੈਸੇ ਤੇ ਵਾਪਸ ਨਿਕਲਣੇ ਚਾਹੀਦੇ ਉਹ ਕਹਿੰਦੇ ਜੀ ਆ ਗਿਆ ਜੀ ਆ ਗਿਆ ਬਿੱਲ ਆ ਗਿਆ ਜੀ ਆ ਗਿਆ ਬਲਕਿ ਤੁਹਾਡਾ ਬਿੱਲ ਬਹੁਤਾ ਹੋ ਗਿਆ ਸਾਡੇ ਉਹ ਤੇਰਾ ਬੇੜਾ ਗਰਕ ਹੋ ਜਾਏ ਬੈਠੀ ਆ ਇੱਥੇ ਮਾਰ ਕੇ ਨਿਕਲ ਹਰ ਨਸਲ ਦਾ ਬੰਦਾ ਲੰਗੜਾ ਲੂਲਾ ਆਉਣਾ
ਬਕਵਾਸ ਕਰ ਰਿਹਾ ਤੂੰ ਆਇਆ ਕਿੱਧਰ ਹੈ? ਘਰ 'ਚ ਬੈਠਾ ਸਾਰਾ ਉਹਨਾਂ ਨਾਸ਼ਤਾ ਲਾ ਗਿਆ, ਉਹਨਾਂ ਨੂੰ ਕਹਿੰਦਾ ਸਾਨੂੰ ਸੁੱਟਣਾ ਕੁਛ ਕੇਰਨ 'ਤੇ ਬੈਠਾ ਕਿ ਨਹੀਂ ਬੈਠਾ? ਆਇਆ ਕੰਪਿਊਟਰ 'ਤੇ ਚੱਲਦਾ ਜਹਾਜ਼ ਦਾ ਪਤਾ ਲੱਗਾ ਆਪ ਉੱਡਦੇ ਜਹਾਜ਼ ਨੂੰ ਰੋੜੇ ਮਾਰਦੇ। ਮੈਂ ਕਿਹਾ ਵੀ ਤੂੰ ਮਾਰ, ਕਹਿੰਦਾ ਮੇਰੀ ਮਾਂ ਤੇ ਲੈਟਾਂ ਮਾਰਦਾ, ਉਹਦੀ ਲੈਟਾਂ ਦਾ ਮਜ਼ਾ ਲਾ ਉਹਦਾ ਲੈ। ਇੱਕ ਬੰਦਾ ਖੰਭੇ ਤੇ ਚੜ ਕੇ ਟੈਲੀਫੋਨ ਠੀਕ ਕਰਨ ਡਿਆ, ਥੱਲੋਂ ਉਹਨੂੰ ਕਹਿਣ ਡਿਆ ਮੇਰੀ ਅੰਮੀ ਨੂੰ ਮਿਸ ਕਾਲ ਆ ਤੂੰ ਮਾਰਨਾ, ਆ ਜਰਾ ਮਿਸ ਕਾਲ ਦਾ ਮਜ਼ਾ ਲੈਣਾ। ਇੱਕ ਬੰਦਾ ਇਹਦਾ ਮੋਬਾਈਲ, ਇਹਦਾ ਮੋਬਾਈਲ ਖੋ ਕੇ ਨਾ, ਮੈਂ ਕਿਹਾ ਦੌੜ ਜਾ ਚਾਰਜਰ ਤੇ ਮੇਰੇ ਕੋਲ ਹੀ ਆ ਨਾ। ਤੇਰੇ ਕੋਲ ਚਾਰਜਰ ਰਹਿੰਦਾ ਕਿਉਂ ਨਾ? ਚਾਰਜਰ ਤੈਨੂੰ ਅਸੀਂ ਦਿੱਤਾ ਹੈ, ਹੁਣ ਤੂੰ ਗੁੱਸਾ ਕੀ ਬਦਲ ਉਹ ਅਸੀਂ ਦਿੱਤਾ ਹੈ, ਅਸੀਂ ਦਿੱਤਾ ਮੈਨੇ ਆ ਗੁੱਸਾ ਕੀ ਆ ਗੁੱਸਾ ਜਦਾ ਇਹਨੂੰ ਭਾਬੀ ਨੂੰ ਕੀ ਕਹਿਣਾ? ਭਾਬੀ ਨਾਲ ਹੀ ਤੇ ਕੰਮ ਆ, ਇਹੋ ਜਿਹਾ ਤੇ ਮਿਲਦਾ ਹੀ ਰਹਿੰਦਾ। ਉਹ ਕੰਮ ਦੀ ਗੱਲ ਕਰ, ਬਤਮੀਜ਼ਾ ਕੰਮ ਦੀ ਕਰਨ ਲੱਗਾ ਪਰ ਇਹੋ ਜਿਹਾ। ਮੈਂ ਕਿਹਾ ਸਾਊਦੀ ਅਰਬ ਦਾ ਸਦਰ ਮਰ ਗਿਆ, ਕਹਿੰਦਾ ਮਰਨਾ ਜਿਸ ਤਰ੍ਹਾਂ ਸਿਰ ਬੰਨੀ ਫਿਰਦਾ। ਉੱਥੇ ਸਿਰ ਤਾਂ ਆਪ ਹੀ ਉੱਥੇ ਦੁਬਈ ਗਿਆ, ਦੋ ਅਰਬੀ ਲੜਨ ਦੇ ਸਰ ਆਪ ਕੋਲ ਖਲੋ ਕੇ ਜਾਵੇ। ਆਮੀ ਆਮੀ ਉਹ ਸਾਲਿਆ ਲੜਨ ਦੇ ਗਾਲਾਂ ਕੱਢਣ ਦੇ। ਇਹਦੀ ਬੁੱਢੀ ਕਹਿੰਦੀ ਸ਼ੇਖ ਜ਼ਾਇਦ ਹਸਪਤਾਲ ਜਾਣਾ। ਮੈਂ ਕਿਹਾ ਭਾਬੀ ਜੀ ਉੱਥੇ ਸ਼ੇਖ ਸਾਹਿਬ ਆਪ ਨਹੀਂ ਪੈਂਦੇ। ਆਓ ਬਗੈਰ ਤਾਂ ਆਪਣੀ ਮੱਝ ਚੋ ਕੇ ਆਣੀ ਸੀ, ਮਜ਼ਾ ਲਵੋ ਇਹਦੀ ਮੱਝ ਦਾ। ਆਪ ਦੁੱਧ ਚੋ ਕੇ ਮੱਝ ਨੂੰ ਫੇਰ ਪਿਉਣ ਜਾ, ਕਹਿੰਦਾ ਤੂੰ ਹੀ ਲੈ, ਤੈਨੂੰ ਫੜਦੀ ਜੀ ਨਹੀਂ ਆਉਂਦੀ। ਚੱਲ ਹੁਣ ਮੇਰੇ ਨਾਲ ਗੱਲ ਕਰ, ਪਹਿਨੋਈਆਂ ਸਰ ਬੜਾ ਅਫਸੋਸ ਹੋਇਆ, ਖੁਦਾ ਪਾਕ ਦੀ ਕਸਮ ਬੜਾ ਹੀ ਅਫਸੋਸ ਹੋਇਆ। ਸਾਲਿਆ ਚੜਿਆ ਅੰਬ ਲੈਣ ਸਾਂ, ਇਹਦੇ ਪਿਓ ਦਾ ਦਿਲ ਦਾ ਵਾਲ ਬੰਦ ਹੋ ਗਿਆ। ਡਾਕਟਰ ਸਾਹਿਬ ਨੇ ਕਿਹਾ ਵਾਲ ਲਿਆਓ, ਸਾਲਾ ਸਾਈਕਲ ਵਾਲੀ ਦੁਕਾਨ ਤੋਂ ਦੋ ਲੈ ਆ, ਆ ਵਾਲ ਦਾ ਮਜ਼ਾ ਲੈਣਾ। ਇਹ ਤੂੰ ਨਾਲ ਵਕੀਲ ਕੀਤਾ? ਓਏ ਵਕੀਲ ਕੀਤਾ, ਹੋਰ ਤੇਰੇ ਨਾਲ ਖਾਮ ਕੀਤਾ ਹੋਇਆ? ਕੀ ਗੱਲ ਕੀ ਹੋਇਆ ਕਿ ਤੇਰੇ ਘਰ ਕਦੀ ਹੋਇਆ ਕੁਛ? ਸੁਣੀ ਮਜ਼ਿਆ ਆ ਗਿਆ ਰਾਤ ਨੂੰ ਬਿਸਤ ਕੱਲਾ ਇੰਜਣ ਜਾਣ ਡਿਆ, ਉਹਨੂੰ ਕਹਿਣ ਡਿਆ ਸ਼ਰਾਬ ਪੀਤੀ ਆ, ਡੱਬੇ ਪਿੱਛੇ ਲਾ ਆ, ਉਹ ਸਾਲਿਆ ਤੇਰੀ ਭੈਣ ਦਾ ਜੇ ਇਹਦੇ ਲੱਦਣ ਡਿਆ ਸੀ, ਅੱਜ ਇਸ ਦਾ ਮਜ਼ਾ ਲੈਣਾ। ਤੇ ਆਪ ਚੱਲਦੀ ਟ੍ਰੇਨ 'ਚ ਡੱਬੇ 'ਚ ਮੂੰਹ ਕੱਢ ਕੇ ਪਿਛਲੇ ਡੱਬੇ ਗਏ, ਸਾਡੇ ਤੋਂ ਅੱਗੇ ਲੰਘਾ ਤੇ ਫੇਰ ਮੰਨੀਏ ਤੁਹਾਨੂੰ? ਉਹ ਸਾਲਿਆ ਉੱਤੋਂ ਦੀ ਲੰਘੀ ਜਾਣਾ ਸੀ ਟ੍ਰੇਨ 'ਚ ਬੈਠਾ, ਬੱਤੀ ਟੁੱਟ ਗਈ, ਮਾਈ ਬੋਤਲ ਚੁੱਕੇ ਰੱਖ ਦੇਵੇ, ਫਿਰ ਚੁੱਕੇ ਇੱਕੂ ਸਾਹ 'ਚ ਪੀ ਕੇ ਕਹਿੰਦਾ ਮਾਂ ਜੀ ਇਸ ਤਰ੍ਹਾਂ ਪੀਦੀ, ਮਾਈ ਕਹਿੰਦੀ ਮੈਂ ਇਹਦੇ ਵਿੱਚ ਥੁੱਕਦੀ ਰਹੀ। ਤੈਨੂੰ ਟੀਕਾ ਮੇਰਾ ਰਹਿੰਦਾ, ਕਿਸੇ ਨੂੰ ਹਜ਼ਾਰ ਦਾ, ਕਿਸੇ ਨੂੰ 500 ਦਾ। ਫਿਰ ਇਹਦੇ ਕੋਲ ਪੈਸਾ ਕੋਈ ਨਹੀਂ ਸੀ ਹੁੰਦਾ, ਫਿਰ ਮੇਰਾ ਆਪਾਂ ਮੁਫ਼ਤ ਲਾਉਂਦਾ ਸੀ, ਕਹਿੰਦਾ ਚਾਚਾ ਮੁਫ਼ਤ ਦੀ ਬੜੀ ਪੀੜ ਆ, ਪੀੜ ਦਾ ਮਜ਼ਾ ਲੈਣਾ। ਉਹ ਭਾਈ ਉਹ ਕੋ ਲੈਣ ਜਿੰਨੂੰ ਹੋਈ ਉਹ ਲਵੇ। ਮੈਕਡੋਨਲਡ ਜਾ ਕੇ ਪੁੱਛਣ ਡਿਆ ਕੜੀ ਪੱਕੀ ਆ, ਉਹ ਸਾਲਿਆ ਕੜੀ ਨਹੀਂ ਪੱਕਦੀ। ਆਪ ਉਹ ਮੈਕਡੋਨਲਡ ਵਾਲਾ ਲਿਖਿਆ ਡਿਲੀਵਰੀ ਫ੍ਰੀ ਤੇ ਆਪਣੀ ਬੁੱਢੀ ਨੂੰ ਉੱਥੇ ਲੈ ਗਏ। ਆ
ਮਜ਼ਾ ਲੈ ਡਿਲੀਵਰੀ ਦਾ, ਮਜ਼ਾ ਲੈ ਮਾਮਾ ਉਹਦੀ ਜਾਨ ਨਿਕਲਣ ਦੀ, ਕਹਿੰਦਾ ਮਜ਼ਾ ਲੈ। ਬਾਟਾ ਦੀ ਦੁਕਾਨ ਤੇ ਗਿਆ, ਉਹਨਾਂ ਨੇ ਚਾਹ ਪੀ, ਬੋਤਲ ਉੱਥੇ ਕਹਿਣ ਡਿਆ ਜੋ ਜੁੱਤੀ ਸਰਵਿਸ ਦੀ ਆ, ਕਿਆ ਹੀ ਬਾਤ। ਉਹ ਇਹਨੂੰ ਪਿਛਲੇ ਅੰਦਰ ਲੈ ਕੇ ਸੁਣਿਆ ਵਾਹਵਾ ਸਰਵਿਸ ਹੋਈ, ਫਿਰ ਨਿਕਲ ਕੇ ਕਹਿੰਦਾ ਨੀ ਅੰਕਲ ਬਾਟਾ ਵੀ ਠੀਕ ਹੀ ਆ। ਉਹ ਸਾਲਿਆ ਪਹਿਲੇ ਮੰਜ ਆ, ਇਹਦੀ ਭੈਣ ਦਾ ਵਿਆਹ ਹੋਇਆ ਨਿਕਾਹ ਖਾਨ ਨੇ ਕਿਹਾ ਹਮੀਦ ਤੇ ਬਸ਼ੀਰ ਕਬੂਲ ਉੱਠ ਕੇ, ਕਹਿੰਦਾ ਇੱਕ ਬੰਦੇ ਦੀ ਗੱਲ ਹੋਈ ਸੀ। ਉਹ ਸਾਲਿਆ ਉਹਦੇ ਪਿਓ ਦਾ ਨਾਂ ਸੀ, ਇਹਨੇ ਆਪਣੀ ਭੈਣ ਦੇ ਵਿਆਹ ਤੇ ਬੰਬ ਚੱਲਿਆ ਚਲਾਇਆ, ਬੰਬ ਹੀ ਨੀ ਚੱਲਿਆ। ਕਦੋਂ ਹੋਏ ਜਿਹੋ ਜੀ ਭੈਣ ਗੰਦੀ ਉਹੋ ਜਿਹਾ ਅਸਲਾ ਕਰ ਲਿਆ, ਫਿਰ ਇਹਨੇ ਦੱਸਿਆ ਜੇ ਅਸਲੇ ਦਾ ਮਜ਼ਾ ਲਓ ਪਹਿਲੇ। ਛਾਪਾ ਪੈ ਗਿਆ ਨਾਲੇ ਦੀ ਮਾਂ ਬੈਠੀ ਸੀ, ਕਹਿੰਦੀ ਕੋਈ ਨਾ ਕੰਧ ਟੱਪੇ, ਕੋਈ ਨਾ ਰੌਲਾ ਪਾਵੇ, ਐਸ ਐਚ ਓ ਨਾ ਮੇਰੀ ਲੋਹੇ। ਮੇਰੀ ਦੂਜੀ ਵਾਰੀ ਸੀ, ਮੈਂ ਬਾਅਦ ਕਿਸ਼ਤੀ ਚ ਬਾ ਕੇ ਕਹਿੰਦਾ ਇਕਬਾਲ ਟਾਊਨ ਲਾ ਦਿਓ, ਉਹ ਕਿਹੜੀ ਤੇਰੇ ਪਿਓ ਦੀ 9 ਨੰਬਰ ਆਪ ਬੈਲੈਂਸ ਚੈਂਜ ਖਲੋਤਾ, ਕਹਿੰਦਾ ਕਿੰਨਾ ਕਰਾਇਆ, ਕਹਿੰਦਾ ਪਿਛਲੇ ਨੇ ਦੇਤਾ। ਮੈਂ ਪਿਛਲਾ ਜੀ ਪਿਛਲੀ ਵਾਰੀ ਤਿਲ ਲਾ ਕੇ ਲਿਆਉਣੇ ਆ, ਇਹ ਮੈਂ ਤੈਨੂੰ ਦੱਸਦਾ ਜਿੱਥੇ ਤੂੰ ਪਿੰਡ ਬੰਨੀ, ਅਸੀਂ ਪਿੰਡ ਕੁੱਤੇ ਬੰਨੀ ਦੇ ਨੇ, ਖੋਲਿਆ 15-20 ਕੁੱਤਿਆਂ ਚ ਫਿਰਨ ਡਿਆ। ਮੈਂ ਕਿਹਾ ਖੈਰ ਆ, ਕਹਿੰਦਾ ਰਾਤ ਦੇ ਪਿੰਡੀਓਂ ਕਦੋਂ ਆਏ ਨੇ। ਔਰ ਇਹੋ ਜਿਹੀਆਂ ਹੁੰਦੀਆਂ ਤਰਸੀਆਂ ਤਰਸੀਆਂ ਕੁੱਤੀਆਂ, 20-25 ਕੁੱਤਿਆਂ ਨੇ ਬਹਿ ਗਿਆ ਵੀ ਰੋਈ ਜਾਣੀਆਂ, ਉਹ ਸਾਰੇ ਕੁੱਤੇ ਪੁੱਛਣਗੇ ਐ ਟੈਡੀ ਕੁੱਤੀਏ। ਤੁਸੀਂ ਮਰਜ਼ੀ ਪਿਆਰ ਕਰੋ, ਮੇਰੇ ਨਸੀਬਾਂ ਚ ਔਲਾਦ ਹੈ ਹੀ ਨਹੀਂ। ਵਾਹ ਮਜ਼ਾ ਓਏ ਮਜ਼ਾ ਲੈ, ਚੱਲਣਾ ਨਹੀਂ ਮੈਂ, ਮੁਬਾਰਕ ਹੋਵੇ ਮਾਮੂ ਬਣ ਗਏ। ਮਾਮਾ ਬਣ ਗਿਆ, ਇਹਦੇ ਘਰ ਚੋਰ ਆ ਗਏ, ਮੰਜੀ ਦੇ ਸੁੱਤਾ ਚੋਰ, ਮੰਜੀ ਦੇ ਚੱਕਰ ਲਾਉਣ ਡਿਆ। ਉਹਨਾਂ ਕਹਿੰਦਾ ਜਿੰਨੇ ਮਰਜ਼ੀ ਚੱਕਰ ਲਾਓ, ਚਾਬੀਆਂ ਤੇ ਮੇਰੇ ਕੋਲ ਹੀ ਆ, ਸਾਲੇ ਉੱਠ ਕੇ ਉਹਨਾਂ ਨੂੰ ਫੜਾ ਹੀ ਤੇ। ਮੈਂ ਫੜਾ ਦਿਆਂਗਾ, ਤੁਸੀਂ ਆਏ ਏ ਕੀ ਗੱਲ ਐ, ਅੱਛਾ ਜਲਦੀ ਕਰ ਲਓ, ਮਿੰਟ 9 ਹੀ ਆਉਣੇ ਆ। ਆਹੋ ਓਕੇ ਫਟਾਫਟ, ਤੈਨੂੰ ਪਤਾ ਨਾ ਜਿਸ ਤਰ੍ਹਾਂ ਦਾ ਕੰਮ ਸ਼ੁਰੂ ਹੋਇਆ, ਤੂੰ ਲੈ ਦੇ ਨਈ ਬੁਖਾਰੀ ਬਣ ਜਾਂਦਾ ਸਾਡੇ ਕੋਲ ਆਪਣਾ ਹਸਪਤਾਲ ਜਾ ਕੇ। ਮੈਂ ਇਹਨੂੰ ਦੱਸਣਾ ਇਹਦਾ ਗਲੇ ਦਾ ਆਪਰੇਸ਼ਨ ਹੋਇਆ, ਨਰਸ ਨੂੰ ਕਹਿੰਦਾ ਚਾਹ ਪਿਓ, ਨਹੀਂ ਕਿ ਆਪਰੇਸ਼ਨ ਹੋਇਆ, ਕਹਿੰਦਾ ਨੇ ਪੀ ਕੇ ਚੈੱਕ ਕਰਨਾ, ਲੀਕ ਤੇ ਨਹੀਂ ਹੋਣ ਡਿਆ। ਆ ਡਾਕਟਰ ਦਾ ਮਜ਼ਾ ਲੈਣਾ ਭਾਈ, ਇਹ ਤਾਂ ਵੱਡਾ ਭਰਾ ਗਲੇ ਦਾ ਡਾਕਟਰ ਹੈ, ਮੇਰਾ ਇੱਕ ਦਿਨ ਗਲਾ ਬੈਠਾ, ਮੈਂ ਇਹਨਾਂ ਦੇ ਘਰ ਗਿਆ, ਮੈਂ ਕਿਹਾ ਡਾਕਟਰ ਸਾਹਿਬ ਘਰ ਹੈ, ਇਹਦੀ ਭਰਜਾਈ ਕਹਿੰਦੀ ਨਹੀਂ ਆ ਜਾ, ਓਏ ਆਉਣ ਦਾ ਮਜ਼ਾ ਲੈ, ਹੁਣ ਆਉਣ ਦਾ। ਅੱਲਾ ਨੇ ਇਹਨੂੰ ਧੀ ਦਿੱਤੀ ਤੇ ਸਾਲਾ ਨਾਈ ਲੈ ਆ। ਬਗੈਰ ਦੋਵੇਂ ਰਲ ਜੋ ਕੀ ਲਵਾਉਣਾ ਸੀ, ਪਰ ਸੋ ਆਪਣਾ ਈਦ ਤੇ ਬੱਕਰਾ ਲੈਣ ਗਿਆ, ਕਹਿੰਦਾ ਕਿੰਨੇ ਦਾ, ਉਹਨੇ ਕਿਹਾ 1100 ਦਾ, ਕਹਿੰਦਾ ਚੈਣਾ ਵਾਲੇ ਵਾ।
ਔਰ ਆਪਣੀ ਇਹਦੀ ਗੱਲ ਦਾ ਪਤਾ ਲੱਗਾ ਇਹਨੇ ਨਾ ਪਿੰਡ ਚ ਬੱਕਰੀ ਨੂੰ ਛੇੜਿਆ ਬੱਕਰੇ ਨੂੰ ਪਤਾ ਲੱਗ ਗਿਆ ਬੱਕਰੇ ਨੇ ਬੁਲਾ ਕੇ ਇਹਦੇ ਨਾਲ ਉਹ ਕੀਤੀ ਜਾਂ ਬੱਕਰਾ ਜਾਣਦਾ ਇਹ ਜਾਣਦਾ ਬੱਕਰੇ ਨੇ ਸੱਦ ਲਿਆ ਡੈਡੀ ਤੂੰ ਕੌਣ ਬੱਕਰਾ ਉਮੀਦਵਾਰ ਨੇ ਕਿਹਾ ਬਹਿ ਜਾ ਸਾਲਾ ਆਪਣੇ ਨਿਸ਼ਾਨ ਤੇ ਬਹਿ ਗਿਆ ਆ ਬਹਿਣ ਦਾ ਮਜ਼ਾ ਲੈਣਾ ਅੰਮੀ ਬਰੀ ਹੋਈ ਹੈ ਹੱਸਦਾ ਤਾਂ ਪਤਾ ਲੱਗਦਾ ਤੀਸਰਾ ਬੰਦਾ ਖਲੋਤਾ ਨਹੀਂ ਤਾਂ ਸਾਲਿਆ ਸਿੱਧੀ ਵੈਗਣ ਵੱਜੇ ਜਮਾਦਾਰ ਗੱਡਰ ਕੱਢਣ ਡਿਆ ਉਹਨੂੰ ਕਹਿਣ ਡਿਆ ਅੱਠ ਪਰੌਂਠੇ ਮੇਰੇ ਵੀ ਲਾ ਦੇ ਠੀਕ ਹੈ ਉਹਨਾਂ ਦਾ ਬਰਾਦਰੀ ਦਾ ਮਸਲਾ ਤੂੰ ਮਾਮਾ ਲੱਗ ਰਿਹਾ ਗਟਰ ਦਾ ਨਾਂ ਐਡੇ ਪਿਆਰ ਨਾਲ ਲੈਂਦੇ ਛੋਟੇ ਭਰਾ ਨੇ ਬੁਲਾਈਦਾ ਮੈਨੂੰ ਕਹਿੰਦਾ ਮਜ਼ਾ ਲੈ ਪੱਖੇ ਦਾ ਚਲੋ ਰਲ ਕੇ ਆ ਜਾਓ ਮੈਂ ਕਿੱਥੇ ਜਾਂਦਾ ਹਾਂ ਤੈਨੂੰ ਤਾਂ ਮਸੀਤੇ ਕੋਲ ਵੜਨ ਨਹੀਂ ਦਿੰਦਾ ਜੁਮਾ ਪੜਨ ਚੱਲਿਆ ਇੱਕ ਬੰਦੇ ਨੇ ਬਾਹਰ ਤੋਂ ਫੜ ਲਿਆ ਕਹਿੰਦਾ ਬਾਹਰ ਬਾਈ ਸਾਰੇ ਬਾਹਰ ਆਉਣ ਡੇ ਕਿੰਨੇ ਪੈਸੇ ਬਣੇ ਈਦ ਤਾਂ ਵੱਡੀ ਹੋ ਜਾਂਦੀ ਵੇਚਣੀ ਆ ਛੋਟੀ ਦਾ ਲਾਮਾ ਆਉਂਦਾ ਅੱਖਾਂ ਖੋਲ ਲਾ ਧੁੱਪੇ ਮੈਂ ਜਿਵੇਂ ਖੜਨੇ ਅੱਖਾਂ ਖੋਲ ਬੇਬੇ ਦੀ ਤਲਾਕ ਭਰਾਉਣੀ ਮੇਰੇ ਕੋਲ ਕਿਉਂ ਸੁਣਿਆ ਜਿਹਨੇ ਤਲਾਕ ਦਿੱਤੀ ਯਾਰ ਤੂੰ ਮੇਰੇ ਨਾਲ ਆਇਆ ਜਾਂ ਉਹਨਾਂ ਨਾਲ ਰਲਣਾ ਮੈਨੂੰ ਇਹ ਦੱਸ ਦਿਓ ਉਹ ਡਾਈਵਰ ਦਾ ਕੰਡਕਟਰ ਪੈਰ ਥੱਲੇ ਕੀੜੀ ਆਉਣ ਲੱਗੀ ਕੀੜੀ ਚੁੱਕ ਕੇ ਤਲੀ ਤਰਾ ਲਈ ਕੀੜੀ ਕਹਿੰਦੀ ਅੱਲਾ ਤੇਰੀ ਖੈਰ ਕਰੇ ਅੱਜ ਮੇਰੀ ਸਾਲਗਿਰਾ ਸੀ ਤੂੰ ਮੈਨੂੰ ਬਚਾ ਲਿਆ ਕਹਿੰਦਾ ਅੱਛਾ ਤੇਰੀ ਸਾਲਗਿਰਾ ਹੈਪੀ ਬਰਥਡੇ ਟਿਕਟਾਂ ਦਾ ਮਾਲ ਖਾ ਜਾਂਦੀਆਂ ਸਾਡੇ ਨੀ ਚੱਲਦੇ ਇੱਥੇ ਬੜੇ ਪੈਸੇ ਦੇਣ ਡਿਆ ਉਸ ਤਰ੍ਹਾਂ ਭੈਣ ਦੀ ਸੀਡੀ ਕਰਾਉਣ ਨੂੰ ਤਰਸਣ ਡਿਆ ਮਸਾਲਾ ਖਾ ਲਿਆ ਮੈਨੂੰ ਵੀ ਪਿਸਤ ਕਰਾਉਣ ਡਿਆ ਕਿਉਂ ਯਾਰ ਜਾਗਿਆ ਤੈਨੂੰ ਬੜਾ ਕੌਂਸਲ ਲਿਖਣ ਡਿਆ ਮੈਂ ਕਿਹਾ ਤੈਨੂੰ ਤਾਂ ਲਿਖਣਾ ਨਹੀਂ ਆਉਂਦਾ ਕੋਈ ਨੀ ਜਿਹਨੂੰ ਲਿਖਣ ਡਿਆ ਉਹਨੂੰ ਕਿਹੜਾ ਪੜਨਾ ਆਉਂਦਾ
ਬਾਅਦ ਚੋਂ ਆਪ ਮਾਰਦਾ ਉਹਨਾਂ ਤੇ ਨਹੀਂ ਤਬਾਹ ਆਪ ਹੀ ਮਤਲਬ ਜ਼ਿੰਦਗੀ ਚ ਮਤਲਬ ਹੋਣਾ ਚਾਹੀਦਾ ਏ ਮੈਨੂੰ ਹੱਥ ਨਾ ਲਾ ਤੇ ਫਿਰ ਕੀ ਲਾਉਣਾ ਕੋਈ ਨਗਦ ਲਾਵਾਂ ਜਾਂ ਕੰਨ ਤੇ ਸਿਗਰਟ ਏ ਇੱਥੇ ਸਿਰ ਮਿੰਟ ਲਾਉਣਾ ਅੱਛਾ ਸਾਰੇ ਛਿੱਤਰ ਲਾਓ ਅਸੀਂ ਤੇ ਗੱਲਾਂ 'ਚ ਸਾਂ ਉਹਦਾ ਪੈਂਟ ਨਾਲ ਚੱਪਲ ਕੌਣ ਪਾਉਂਦਾ ਤੂੰ ਕੀ ਪਾਇਆ ਮੈਂ ਤਾਂ ਤੁਹਾਡੇ ਵੱਲੋਂ ਨਿਕਲਿਆ ਕਾਲੀ ਜਿਹੋ ਹੀ ਸਾਲਿਆ ਮੈਂ ਆਪਣੇ ਵੱਲੋਂ ਨਿਕਲਿਆ ਆ ਪਤਾ ਲੈਣਾ ਮੇਰਾ ਕਾਲੀ ਦਾ ਆਹ ਵੇਖ ਸਾਲੇ ਨੇ ਮਫਰਲ ਵੀ ਕਾਲਾ ਕਰ ਸਾਲਾ ਕਿਹੜਾ ਵੇ ਸਾਲਾ 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 ਭਾਈ ਇਹ ਨਾ ਆਪਣਾ ਗੋਏ ਦਾ ਕੀ ਰੇਟ ਆ ਹੋਰ ਤੈਨੂੰ ਮੈਂ ਸੇਮੀਆਂ ਦਾ ਪੁੱਛਣਾ ਗੱਡੀ ਤੇ ਕੂੜਾ ਲੈ ਕੇ ਜਾ ਰਹੇ ਸੜ ਜਾਂਦੇ ਕਿ ਚਲਾਨ ਕਰਨਾ ਕਹਿੰਦਾ ਚਲਾਨ ਰਹਿੰਦੇ ਗਰੀਬ ਆਦਮੀ ਮੇਰਾ ਮਾਲ ਲਾ ਲਓ ਤੂੰ ਮਾਮਾ ਫਲੂਦਾ ਲੱਦਿਆ ਸੀ ਅੱਧਾ ਕਿਲੋ ਬਰਫੀ ਖਾ ਕੇ ਕਹਿੰਦਾ ਇੱਕ ਰਸਗੁੱਲਾ ਦੇਣਾ ਮੂੰਹ ਮਿੱਠਾ ਕਰਨਾ ਉਹ ਸਾਲਿਆ ਪਹਿਲੇ ਸਾਬਣ ਖਾਦਾ ਸੀ ਆ ਮੇਰੇ ਨਾਲ ਗਿਆ ਕਰਾਚੀ ਟ੍ਰੇਨ 'ਚ ਅੱਛਾ ਮੇਰੀ ਅੱਖ ਲੱਗ ਗਈ ਅੱਖ ਖੁੱਲੀ ਤੇ ਟੀ ਟੀ ਨੂੰ ਕੁੱਟਣ ਦਿਆ ਟਿਕਟਾਂ ਕਟਾਉਣਾ ਠਾ ਠਾ ਕਿਉਂ ਮੈਂ ਕਿਹਾ ਟੀ ਟੀ ਸਾਹਿਬ ਕਹਿੰਦਾ ਘੰਟੇ ਤੋਂ ਮੈਨੂੰ ਪੁੱਛੀ ਜਾਂਦਾ ਤੁਸੀਂ ਕਿੱਥੇ ਉਤਰਨਾ ਤੁਸੀਂ ਕਿੱਥੇ ਉਤਰਨਾ ਤੁਸੀਂ ਜਨਾਬ ਕੌਣ ਮੈਂ ਟੀ ਟੀ ਜੀ ਯਾਰ ਤੂੰ ਇੱਕ ਜਗ੍ਹਾ ਤੇ ਖਲੋਏਗਾ ਜਾਂ ਛਿੱਤਰ ਲਾ ਮੈਂ ਤੁਹਾਡੇ ਨਾਲ ਮੈਂ ਪਿੱਛੇ ਖਲੋਤਾ ਵੇਖੋ ਆ ਬੁੱਢੀ ਵੇਖੋ ਭਾਬੀ ਕੀ ਪਾ ਪਰ ਮੇਰੀ ਬੀਵੀ ਯਾਰ ਭਜਾਈ ਹੈ ਤੇਰੀ ਭਜਾਈ ਆਪਣੀ ਬੀਵੀ ਨੂੰ ਹੀ ਰਮਣ ਨਹੀਂ ਲੈ ਕੇ ਫਿਰ ਤੁਹਾਡੇ ਵਾਲ ਮੈਂ ਗਿਆ ਹੀ ਨਹੀਂ ਕਦੀ ਤੈਨੂੰ ਮੈਂ ਖੜਨਾ ਭਾਈ ਨਾ ਮਜ਼ਾ ਲੈਣਾ ਜਾਣ ਦਾ ਠਹਿਰ ਜਾ ਉੱਥੇ ਆਪਣੀ ਬੀਵੀ ਨੂੰ ਹੀ ਰਮਣ ਨਹੀਂ ਲੈ ਕੇ ਫਿਰ ਨਾ ਮੈਂ ਕਿੱਧਰ ਕਹਿੰਦਾ ਨਹੀਂ ਵੇਚਣ ਤੇ ਨਹੀਂ ਆਇਆ ਮੁੱਲ ਹੀ ਲਵਾਉਣਾ ਸੀ ਬਸ ਇਹ ਵੀ ਉੱਥੇ ਸੰਡੇ ਮੈਂ ਕੇ ਖੈਰ ਆ ਕਹਿੰਦਾ ਸਾਡੀ ਤੇ 1300 ਦੀ ਢਲ ਗਈ ਤੋ ਪਰਲਾ ਆਪਣੇ ਹੀਰਾ ਮੰਡੀ ਕਰਦੇ ਕੇ ਰੇਡੀਓ ਰੱਖ ਕੇ ਰੇਡੀਓ ਤੇ ਜੁੱਤੀਆਂ ਮਾਰਨ ਡਿਆ ਉਹ ਮੈਂ ਕਿਹਾ ਰੇਡੀਓ ਨੂੰ ਮਾਰ ਰੱਖਦਾ ਭਾਜੀ ਰੇਡੀਓ ਜਾਤੀ ਕਰਦਾ ਸਾਰੀਆਂ ਮੰਡੀਆਂ ਤੇ ਪਾ ਦੱਸਦਾ ਸਾਡੀ ਮੰਡੀ ਤੇ ਪਾ ਹੀ ਨਹੀਂ ਦੱਸਦਾ ਮਤਲਬ ਤੈਨੂੰ ਪੁੱਛੇ ਮਾਮਾ ਤੈਨੂੰ ਪੁੱਛੇ ਮੱਲਾ ਸਾਡਾ ਸਾਲਿਆ ਤੂੰ ਉੱਥੇ ਕੀ ਲੈਣ ਜਾਣਾ ਹਾਰ ਵੇਚਦਾ ਆਵਿਆਂ ਦਾ ਬਹਾਨਾ ਲਾ ਕੇ ਹਾਰ ਵੀ ਵੇਚਦਾ ਬਈ ਬੜੇ ਬੜੇ ਬਗੈਰਤ ਵੇਖੇ ਆ ਲੇਕਿਨ ਖੁੱਸੇ ਵਾਲਾ ਤਸੱਲੀ ਬਖਸ਼ ਮੈਂ ਅੱਜ ਵੇਖ ਲਿਆ ਬੜੇ ਬੜੇ ਵੇਖੇ ਲੇਕਿਨ ਕੱਟ ਗਿਆ ਤੂੰ ਓਏ ਕਿੱਧਰ ਆਏ ਸੋ ਓਏ ਇੱਧਰ ਹੀ ਆਏ ਆ ਓਏ ਉਹ ਜਾਲੀ ਨਿਕਾਹ ਨਾਮੇ ਪੜਾਉਣ ਵਾਲਿਆ ਤੂਫਾਨ ਮੇਲ ਓ ਮਰੇ ਕਿੱਧਰ ਆਏ ਕਬਰਾਂ ਦਾ ਦਾਲ ਚੋਕੇ ਪਕਾਉਣ ਵਾਲਿਆ ਓਹੋ ਤੁਸੀਂ ਮੈਨੂੰ ਦੱਸੋ ਤੁਸੀਂ ਖਾਣਾ ਪੀਣਾ ਕਿਵੇਂ ਨੌਕਰ ਨੂੰ ਖਾਣਾ ਪੀਣਾ ਕੀ ਆ ਤੁਹਾਡੇ ਇਹਦੇ ਹੱਥੋਂ ਨਾ ਭਾਵੇਂ ਚਾਹ ਬਣਾਓ ਅੱਛਾ ਪਹਿਲੇ ਹੱਥ ਧੋਵੋ ਫਿਰ ਉਹ ਪਾਣੀ ਧੋ ਫਿਰ ਉਹ ਨਾਲੀ ਧੋ ਜਿਹ 'ਚ ਪਾਣੀ ਜਾਣਾ ਹੈ ਤੇ ਕੱਪ 'ਚ ਦੁੱਧ ਪਾ ਕੇ ਪਤੀ ਨਹੀਂ ਪਾਣੀ ਦੁੱਧ ਨੂੰ ਗੌਰ ਨਾਲ 3 ਵਾਰੀ ਵੇਖਣਾ ਇੰਨੀਆਂ ਚੀਜ਼ਾਂ ਧੋਵਾਂ ਸਾਬਣ ਤੇਰਾ ਪਿਓ ਲੱਗਦਾ ਇੰਨਾ ਹੈ ਆਪਣੀ ਬੀਵੀ ਨਾਲ ਬਹਿ ਕੇ ਕੋਲ ਬੱਸ ਜਾ ਰਿਹਾ ਬੱਸ ਅੱਛਾ ਉਹ ਕਰੈਕਟਰ ਕਹਿੰਦਾ ਕਰਾਇਆ ਕਹਿੰਦਾ ਕਰਾਇਆ ਕਹਿੰਦਾ ਟੇਪ ਲਾ ਤੂੰ ਉਹਨੇ ਟੇਪ ਲਾਈ ਇਹਦੀ ਬੀਵੀ ਨੱਚਣ ਲੱਗ ਪਈ ਕਨੈਕਟਰ ਨੂੰ ਕਹਿੰਦਾ ਜਿੱਥੇ ਆਪਣਾ ਕਿਰਾਇਆ ਫੜਾਣਿਆ ਸਾਡੇ ਵੀ ਫੜੀ ਜਾ ਪੈ ਜਾਏ ਮੈਂ ਕਿਹਾ ਗੈਰਤਮੰਦ ਥੋੜੀ ਆ ਜ਼ਰੂਰਤਮੰਦ ਆ ਸਹੀ ਗੱਲ ਚਲੋ ਬਈ ਤੁਸੀਂ ਆਏ ਕਿੱਧਰ ਸੀ ਤੁਹਾਡੇ ਵਾਸਤੇ ਕੁਝ ਖਾਣ ਪੀਣ ਦਾ ਇੰਤਜ਼ਾਮ ਇਹਦੇ ਕੋਲੋਂ ਨਾ ਖਵਾਉਣਾ ਅੱਲਾ ਮਾਫੀ ਦੇਵੇ ਬਹੁਤ ਕਰਖਤ ਆਦਮੀ ਆ ਬਈ ਅੱਲਾ ਆਪਨੇ ਮੁੱਦੇ ਪਛਾਣਾ ਨਹੀਂ ਨਹੀਂ ਮੈਂ ਕਿਸੇ ਫਿਲਮ ਨਹੀਂ ਦੇਖਾ ਨਹੀਂ ਮੈਂ ਦੇਖਾ ਸਲਾਖੇ ਮੇ ਹਾਂ ਦੇਖਾ ਮੁੱਦੇ ਕਹਾਂ ਤੇ ਸਲਾਖੇ ਤੇ ਵੇਖੀ ਤੂੰ ਕਿੱਥੇ ਸੀ ਉੱਥੇ ਉੱਥੇ ਮੈਂ ਚਿਪਸ ਵੇਚਣ ਦੇ ਹਾਲ ਜੁੱਤੇ ਦੱਸ ਦੱਸ ਹੋਈ ਤੁਹਾਨੂੰ ਹੀ ਨਜ਼ਰ ਆ ਤੁਹਾਨੂੰ ਨਜ਼ਰ ਆ ਮੇਰੇ ਤੇ ਟੀਵੀ ਵਾਲੇ ਪਿੱਛੇ ਪਏ ਕਿਉਂ ਬਸ ਕਿਸ਼ਤਾਂ ਤੇ ਲਾ ਬੈਠਾ ਕੋ ਮੈਂ ਵੱਖਰਾ ਸਮਝਿਆ ਮੈਂ ਕਿਹਾ ਓਮਪੁਰੀ ਦੇ ਮੁਕਾਬਲੇ ਤੇ ਨਿਕਲਿਆ ਇਹ ਗੱਲਾਂ ਛੱਡ ਦਿਓ ਹਾਂ ਰਕਸ਼ੇ ਵਾਲੇ ਨੂੰ ਬਾਹਰ ਕਹਿੰਦਾ ਜਾਣਾ ਉਹਨੇ ਕਿਹਾ ਬਹਿ ਵੇਖੀ ਜਾਂਦਾ ਕਿਸ ਤਰ੍ਹਾਂ ਉੱਥੋਂ ਫੜ ਕੇ ਇਹਨੂੰ ਮੈਂ ਲਿਆਂਦਾ ਅੱਛਾ ਔਰ ਰਕਸ਼ੇ ਨੂੰ ਕਹਿੰਦਾ ਭਾਈ ਜਾਣਾ ਮਾਲ ਡਾਊਨ ਕਿੰਨੇ ਪੈ ਕਹਿੰਦਾ 150 ਕਹਿੰਦਾ 150 ਕਹਿੰਦਾ ਭਾਜੀ ਤੇਲ ਮਹਿੰਗਾ ਹੋ ਗਿਆ ਅੱਗੋਂ ਨੂੰ ਕਹਿੰਦਾ ਤੂੰ ਤੇਲ ਨਾ ਲਾਈ ਮੈਂ ਨੀ ਆਣਾ ਬਸ ਮੈਨੂੰ ਨਾਲ ਲੈ ਗਿਆ ਬੋਲੀ ਗਿਆ ਬਾ ਅੱਬਾ ਜੀ
ਕੌਣ ਅੱਬਾ ਜੀ ਤੁਸੀਂ ਆ ਜਾ ਮੇਰਾ ਕਿਸੇ ਗੰਦੀ ਔਰਤ ਨਾਲ ਕੋਈ ਤਲਕ ਨਹੀਂ ਅੱਬਾ ਜੀ ਨਾ ਦੇ ਦੀਆਂ ਇਹੋ ਜਿਹੇ ਕੱਪੜੇ ਪਾਉਂਦੇ ਅੰਨੀ ਦੀ ਨਾ ਹੋਵੇ ਉਹ ਬੇਟੀ ਤੁਹਾਡੀ ਕਿਉਂ ਪਾਏ ਨਹੀਂ ਹੋਦੇ ਛੋੜ ਦੇ ਸਭ ਕੋ ਹਮ ਆਪਣਾ ਅਲੱਗ ਜਹਾਨ ਬਣਾਏਗੇ ਹਲੋ ਓਏ ਲੋਕਾਂ ਓਏ ਓਏ ਅੱਜਾ ਜਮ ਅੱਜਾ ਦੁਪੱਟਾ ਲੈ ਕੇ ਰੱਖੀ ਜਾਂਦਾ ਕਿਹੜਾ ਨੰਬਰ ਆ ਬਾਬਾ ਜੀ ਹਾਂਜੀ ਦਿਲ ਕਰਦਾ ਤੁਹਾਡੀ ਧੋਤੀ ਚ ਪਟਾਕਾ ਛੱਡਦੇ ਆ ਮੈਨੂੰ ਇਹ ਡਰ ਆ ਕਿ ਤੁਹਾਡਾ ਨਸੀਬ ਨਾ ਸੜ ਜਾਏ ਉਹ ਮੇਰਾ ਨਸੀਬ ਨਹੀਂ ਉਹ ਤੇਰਾ ਨਸੀਬ ਹੀ ਹੈ ਮਜ਼ਾ ਲੈ ਨਸੀਬ ਦਾ ਹਰ ਬੰਦਾ ਨਾ ਮਜ਼ਾ ਲਵੇ ਨਸੀਬ ਇਹਨਾਂ ਨੇ ਭਾਈ ਤੁਹਾਡੇ ਮਹਿਮਾਨ ਆ ਚਾਚਾ ਜੀ ਹਾਂਜੀ ਉਹ ਬਜ਼ੁਰਗਾ ਜੀ ਪੁੱਤਰ ਉਹ ਦੰਦਾਂ ਵਾਲੀ ਮਸ਼ੀਨ ਕੌਣ ਹੈ ਮੁਬਾਰਕ ਹੋਵੇ ਤੁਹਾਡੇ ਵਾਲ ਮਹਿਮਾਨ ਆਉਣ ਵਾਲੇ ਨੇ ਅੱਛਾ ਜੀ ਆ ਬਨੇਰੇ ਤੇ ਕਾਂ ਬੈਠਾ ਪਾਗਲ ਹੋਇਆ ਸੂਰ ਨੂੰ ਕਾਂ ਆਖੀ ਜਾਂਦਾ ਆਹੋ ਸੂਰ ਨੇ ਕੁੱਲਾ ਬੰਨਿਆ ਆ ਕਿੱਥੇ ਬੇਟਾ ਇਹ ਕਿਹੜਾ ਬਾਰ ਹੈ ਐਡਾ ਸੂਰ ਹੁੰਦਾ ਹੀ ਨਹੀਂ ਇੱਧਰ ਫੜਾ ਰੱਖੋ ਪੈਸੇ ਨੇ ਬਾਬਾ ਨਾ ਬਾਬਾ ਉਹ ਬਾਬਾ ਅੱਧਾ ਕਿਲੋ ਦਹੀਂ ਲਿਆ ਓਏ ਪਾਈ ਵਾਲ ਸ਼ਰਮ ਕਰੋ ਬਾਬੇ ਦੀ ਟੋਪੀ ਫੱਦੀ ਗਈ ਆਈ ਮੈਂ ਤੇਰੀ ਮਾਂ ਨੂੰ ਤਵੀਜ਼ ਦੇ ਕੇ ਆਇਆ ਬਾਬਾ ਜੀ ਸੋਹਣੇ ਲੱਗ ਰਿਹਾ ਬਾਈ ਵਾਹ 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 ਸੋਹਣੇ ਲੱਗ ਰਿਹਾ ਬਾਈ ਜੇ ਤੁਸੀਂ ਬੰਦੇ ਘੋੜੇ ਤੇ ਬਹਿ ਕੇ ਕਿੱਲਾ ਨਹੀਂ ਪੜਦੇ ਮੇਰਾ ਪੁੱਤਰ ਕੁਛ ਨੀ ਹੁੰਦਾ ਕਿਧਰੇ ਵੀ ਤਾਂ ਦੇਣੀ ਹੈ ਬਿਲਕੁਲ ਕੰਜਰ ਬਾਬਾ ਜੀ ਕੱਲਾਂ ਨਾ ਤੇਰੀ ਸ਼ਕਲ ਉੱਤੇ ਇਹ ਹੁਣ ਤੇਰੀ ਗਲਤੀ ਹੈ ਸਾਲਿਆ ਦੱਸਦਾ ਦੱਸਣਾ ਕਿਉਂ ਤੇਰੀ ਗਲਤੀ ਬਾਬਾ ਜੀ ਹਾਂਜੀ ਚੁੰਮੀ ਗਾਣੇ ਕਰੀ ਲੋ ਲੈ ਲੈ ਬੇਟਾ ਮੈਂ ਕਦੀ ਹਰਾਮ ਨਹੀਂ ਖਾਦਾ ਯਾਰ ਜ਼ਿੰਦਗੀ ਚ ਕਸਮ ਖਾਣ ਤੋਂ ਕਦੇ ਨਾ ਲੈਣਾ
ਮੇਰੀ ਗੱਲ ਸੁਣ ਲੋ ਜੀ ਬਾਬਾ ਜੀ, ਆਹ ਬੱਚੇ ਨੇ ਮੈਨੂੰ ਦਲੀਲ ਕੀਤਾ, ਤੇਰੇ ਦੁੱਖੋਂ ਮੈਂ ਘਰੋਂ ਨਿਕਲਿਆ। ਕੀ ਹੋ ਗਿਆ ਤੁਹਾਡੇ ਲਈ? ਕਿੰਨੀਆਂ ਸਹੂਲਤਾਂ ਦਾ ਬੰਦੋਬਸਤ ਕੀਤਾ ਹੈ? ਕੀ ਮੇਰੇ ਸਹੁਰੇ ਕੋ ਕਿਉਂ ਡਰਨ ਦਿਆ? ਕਿਉਂ ਡਰਨ ਦਿਆ? ਉਹ ਡਰਨ ਨਹੀਂ ਦਿਆ ਮੈਂ, ਸਾਰਿਆਂ ਤੇਰੀਆਂ ਆਪਣੀਆਂ ਗਲਤੀਆਂ ਕਰੇ ਗਿਆ। ਕਿਹੜੀ ਗਲਤੀਆਂ ਕੀ ਆਈ? ਤੂੰ ਨੱਚੇ ਹੀ ਬਣੇ ਪਲਕਾਂ ਦਾ ਚਿਮਟਾ ਵਜਾ ਕੇ, ਉਦੋਂ ਦਾ ਜ਼ੇਹਨ ਬਣਾਇਆ ਹੁੰਦਾ। ਬਾਬਾ ਜੀ ਚਲੋ ਬੋਤਲ ਪੀਣੀ ਜੇ? ਆ ਪੀਣੀ ਹੈ ਬੋਤਲ, 8 ਰੁਪਏ ਕੱਢੋ ਲਿਆਓ ਭੱਜ ਕੇ। ਇਹ ਤੇ ਤੇਰੀ ਕਿਹੜੀ ਕਾਰਾਗਰੀ ਹੈ? ਭੱਜ ਕੇ ਲਾਉਣੀ ਨਾ, ਮੈਂ ਲਾਉਣੀ ਨਹੀਂ। ਡਸਟਿੰਗ ਜਵਾਨ ਆਈ ਪੀਰੋ ਮੁਰਸ਼ਦ ਦਾ ਘਰ ਲੱਗਦਾ। ਮੇਰੀ ਬਣਾਈ, ਮੇਰੀ ਬੁੱਢੀ ਦੇ ਨਾਲ ਬਣਾਈ, ਕਿਉਂਕਿ ਇਹਦੀ ਬਾਜ਼ਾਰੋਂ ਮਿਲ ਜਾਂਦੀ। ਬੈਠੋ ਬੈਠੋ ਬੈਠੋ, ਮੇਰੀ ਕਬਰ ਇੱਥੇ ਹੀ ਬਣਨੀ। ਬਗੈਰ ਨਾਲ ਉਹਦੇ ਹੋਰ ਗੱਲਾਂ ਕਰਦਾ, ਮੇਰੇ ਕੋਲ ਕਬਰਸਤਾਨ ਆ ਜਾਂਦਾ। ਮੁਰਸ਼ਦ ਦੀ ਗੱਲ ਤਾਂ ਦੱਸੋ, ਕੀ ਗੱਲ? ਇੱਥੇ ਦੀ ਇਹਦੀ ਕੌਣ ਬਣਨੀ? ਹਾਂ ਇਹਦੀ ਬਣੀ ਨਾਲ ਹੀ ਮਲੰਗ ਦਾ ਪੁੱਤਰ ਹੋਏ ਨਾ, ਗੱਲ ਵੀ ਸੁਣਿਆ ਕਰ। ਖਾਨਾ ਖਰਾਬ ਦਾ ਪੁੱਤਰਾ, ਇਹ ਦੋ ਭਰਾ ਨੇ, ਇਹਨਾਂ ਨੇ ਵੀ ਟੈਕਸੀ ਪਾਈ, ਵਿਹਲੇ ਬੈਠੇ ਖਾਣ ਡੇ। ਪਿੱਛੋਂ ਮਾਰ ਚੁੱਕੇ, ਆਂਡਾ ਦੇਣ ਲੱਗੀ। ਮੇਰੀ ਤਬੀਅਤ ਠੀਕ ਨਹੀਂ ਇਸ ਟਾਈਮ। ਕਮਰੇ ਚ ਕੱਠੀਆਂ ਹੀ ਕਬਰਾਂ ਬਣਨ ਗਈਆਂ। ਇਹ ਬਗੈਰ ਤੋਂ ਭਰੇ ਕਰ ਲੋ ਇੱਥੇ।
ਜੋ ਐਵੇਂ ਪਠਾਣਾ ਦਾ ਰਿਸ਼ਤਾ ਆ। ਚਾਬੀ ਕੱਢ ਤੂੰ ਡਾਲੇ ਮੰਗਾਉਣ ਦੇ ਭੈਣ ਦੇ ਵਿਆਹ ਵਿੱਚ ਕੰਨੀ ਵੀ ਨੀ ਪਿਆ ਸਕਦੇ ਆ ਜਾ ਆ ਬਾਕੀ ਮੁੜਦਿਆਂ ਨੂੰ ਮਿਲ ਲੈ ਆ ਜਾ। ਹੀਰੋ ਆਦਮੀ ਨੂੰ ਕਹਿੰਦੇ ਮਰਨ ਵਾਲੇ ਦਾ ਦੋਸਤ ਹੁੰਦਾ। ਦੇਖੋ ਜੀ
ਤੂੰ ਮੇਰੀ ਸਿਫਾਰਿਸ਼ ਕਰ ਦੇ ਮੇਰੇ ਸਾਹਮਣੇ, ਉਹਨੂੰ ਕਹਿ ਕੇ
ਪੈਸੇ ਲੱਖਾਂ ਰੁਪਈਆ ਕੋਲ ਹੈ ਇਹਨਾਂ ਦੀ ਰਹਿਣਾ ਤੇ ਕਿੱਥੇ ਵੇ ਤਾਂ ਕੀ ਕਰਾਂ ਜਿਹੜਾ ਕੰਮ ਕਰਨਾ ਮੈਨੂੰ ਉਹ ਚ ਘਾਟਾ ਪੈ ਜਾਂਦਾ ਕਿਹੜਾ ਕੰਮ ਕੀਤਾ ਜਿਹਦੇ ਚ ਘਾਟਾ ਪੈ ਗਿਆ ਰੋ ਨਾ ਕੇ ਇਹਨਾਂ ਨੇ ਤੇਰੇ ਨਾਲ ਘੱਟ ਕੀਤੀ ਏ ਦੱਸ ਕੀ ਕੰਮ ਕੀਤਾ ਈ ਤੂੰ ਮੇਰੇ ਹਾਲੇ ਕੀ ਕਿਹਦੇ ਹਾਲੇ ਮੈਂ ਤੇਰੇ ਨਾਲ ਹੀ ਆ ਉਤੋਂ ਤੋਂ ਜਰਾ ਰਾਹ ਡਲ ਜਾਂਦੀ ਆ ਨਾ ਪਾਗਲ ਜੀ ਨਾ ਕੀ ਕੰਮ ਕੀਤਾ ਈ ਮੈਂ ਜਿਹੜਾ ਕੰਮ ਕਰਨਾ ਉਹ ਚ ਘਾਟਾ ਪੈ 40 ਨੋਟਾਂ ਦੀ ਮਸ਼ੀਨ ਲੈ ਮੈਂ ਫੜਿਆ ਗਿਆ ਉਹ ਕੀ 1500 ਦਾ ਨੋਟ ਬਣਾ ਬੈਠਾ ਸੀ ਉਹ 1500 ਦਾ ਨੋਟ ਲੈ ਕੇ ਕਿਸੇ ਦੀ ਦੁਕਾਨ ਦੇ ਕੇ ਮੈਂ ਕਿਹਾ ਜੀ ਭਾਂ ਦੇ ਦੋ ਨੇ 750 ਵਾਲੇ ਦੋ ਦੇ ਦਿੱਤੇ ਮੈਂ ਕਿਹਾ ਇਹ ਤਾਂ ਮਸ਼ੀਨ ਕਰੋ ਘਰੀ ਖੱਜਲ ਹੋਣ ਦੀ ਹੈ ਦਫਾ ਕਰੋ ਫਿਰ ਕੋਈ ਹੋਰ ਕੰਮ ਕਰਕੇ ਵੇਖ ਲੈਣਾ ਸੀ ਜਿਹੜਾ ਕੰਮ ਕਰਨਾ ਉਹ ਝੀਲ ਦਾ ਤੰਗ ਹਾਰ ਕੇ ਪੀਸੀਓ ਬਣਾਇਆ ਅੱਛਾ ਪੀਸੀਓ ਵੀ ਨਹੀਂ ਚੱਲਿਆ ਹਾਂ ਹੁਣ 5 ਰੁਪਏ ਲੈ ਕੇ ਮੂੰਹ ਨਾਲ ਸਨੇਹਾ ਦੇਣ ਜਾਣਾ ਉਤੋਂ ਨਿੱਕਾ ਜਿਹਾ ਤੇਰਾ ਮੂੰਹ ਕਿੰਨਾ ਕਸਣੀਆਂ ਤੇਰੇ ਮੂੰਹ ਚ ਆ ਜਾਂਦਾ ਹੋਣਾ ਖਾਣਾ ਖਰਾਬਾ ਚੱਲ ਸ਼ੇਖਾਂ ਨੇ 10 ਰੁਪਏ ਦੇ ਕੇ ਸ਼ਾਹਕੋਟ ਭੇਜਤਾ 15 ਰੁਪਏ ਮੇਰੇ ਕੋਲੋਂ ਲੱਗ ਗਏ ਪੰਨੀਆਂ ਚ ਸਨੇਹਾ ਪਿਆ ਵੈਸੇ ਤਾਂ ਬੜਾ ਹੀ ਬਦਨਸੀਬ ਹੈ ਕੋਈ ਕੰਮ ਕਰਿਆਗਾ ਚੱਜ ਦਾ ਫਿਰ ਮੈਂ ਸੋਚਿਆ ਲੋਕੀ ਕਮੇਟੀਆਂ ਪਾ ਕੇ ਅਮੀਰ ਹੁੰਦਾ ਕਮੇਟੀਆਂ ਸਾਰ ਵਾਲਾ ਮੈਂ ਕਮੇਟੀ ਪਾਈ ਬੁੱਧ ਵਾਲੇ ਦਿਨ ਕਮੇਟੀ ਨਿਕਲੀ ਸੀ ਮੰਗਲ ਵਾਲੇ ਦਿਨ ਮਾਈ ਨਿਕਲ ਗਈ ਜੇ ਕੋਈ ਕਮੇਟੀ ਪੈਂਦੀ ਸੀ ਮੇਰੀ ਸਾਰੀ ਕਮੇਟੀ ਉਸ ਮਾਈ ਨੂੰ ਲੱਭਣ ਤੇ ਲੱਗ ਗਈ ਫਿਰ ਮੈਂ ਸੋਚਿਆ ਕਿ ਮਿਹਨਤ ਮਜ਼ਦੂਰੀ ਕਰੋ ਹੋਰ ਕੰਮ ਕਰੋ ਮੈਂ ਨਹਿਰ ਤੇ ਕੱਛੇ ਕਿਰਾਏ ਤੇ ਲਾਏ ਕੱਛੇ ਲਾ ਕੇ ਬੈਠੇ ਹੀ ਆ ਤੇ ਨਹਿਰ ਸੁੱਕ ਗਈ ਮੈਂ ਬਥੇਰੀ ਆਵਾਜ਼ ਲਾਉਂਦਾ ਰਿਹਾ ਜੋ ਸੁੱਕੀ ਨਹਿਰ ਚ ਨਹਾਉਣ ਵਾਲੇ ਕੱਛੇ ਨੇ ਆ ਜੋ ਰਗੜਾ ਲਵਾਉਣ ਵਾਲੇ ਕੱਛੇ ਨੇ ਕਿਸੇ ਨੇ ਮੇਰੀ ਗੱਲ ਨਹੀਂ ਸੁਣੀ ਤੰਗ ਹਾਰ ਕੇ ਮੈਂ ਕਿਹਾ ਆਪਣੀ ਸਿਹਤ ਤੇ ਜ਼ੁਲਮ ਕਰੋ ਪੈਸਾ ਇਕੱਠਾ ਕਰਨਾ ਬਹੁਤ ਜ਼ਰੂਰੀ ਹੈ ਅਮੀਰ ਹੋਣਾ ਬਹੁਤ ਜ਼ਰੂਰੀ ਹੈ ਅੱਛਾ ਮੈਂ ਖੂਨ ਵੇਚਣ ਗਿਆ ਹਾਏ ਮੈਂ ਮਰ ਗਈ ਖੂਨ ਵੇਚਣ ਗਿਆ 2 ਘੰਟੇ ਲੰਮਾ ਪਿਆਰੇ ਡਾਕਟਰ ਨੂੰ ਮੈਂ ਕਿਹਾ ਖੂਨ ਆਇਆ ਕਹਿੰਦਾ ਨਹੀਂ ਪੁੱਤਰ ਅਜੇ ਹਵਾ ਆਉਣ ਡਈ ਡਾਕਟਰ ਨੇ ਮੇਰਾ ਖੂਨ ਇੰਜ ਕੱਢਿਆ ਜਿਵੇਂ ਸ਼ਾਪਰ ਚੋਂ ਦਹੀਂ ਕੱਢੀ ਦਾ ਇੰਜ ਕਰਕੇ ਇੰਨਾ ਕੋ ਖੂਨ ਨਿਕਲਾ 30 ਰੁਪਏ 35 ਪੈਸੇ ਦਾ ਵਿਕਿਆ ਖੂਨ ਵੇਖ ਲਈ ਮੈਨੂੰ ਕਮਜ਼ੋਰੀ ਛਾ ਗਈ ਬਿਮਾਰ ਹੋ ਕੇ ਡਾਕਟਰ ਕੋ ਦਵਾਈ ਲੈਣ ਗਿਆ ਉੱਥੋਂ ਵੀ ਬਿਸਤ ਹੋਇਆ ਉਹ ਕਿਉਂ ਉਹ ਪਿੰਡ ਦਾ ਡਾਕਟਰ ਸੀ ਨੇ ਪੀਪੇ ਜੈਸ ਪਰ ਉਹ ਰੱਖੀ ਨਾਲ ਸਾਈਕਲਾਂ ਨੂੰ ਪੈਂਚਰ ਲਾਉਣ ਡਿਆ ਸੀ ਮੇਰੀ ਬਾਹ ਫੜੀ ਟਿਊਬ ਪਾਣੀ ਚ ਦੇ ਕੇ ਕਹਿੰਦਾ ਓਏ ਹੋਏ ਤੂੰ ਤਾਂ ਪਟਾਕਾ ਮਾਰ ਗਿਆ ਬਈ ਮੈਨੂੰ ਕਹਿੰਦਾ ਜਿਹੜੀ ਦਵਾਈ ਦਿੱਤੀ ਖਾਧੀ ਮੈਂ ਕਿਹਾ ਹਾਂਜੀ ਕਹਿੰਦਾ ਤਦੀ ਬੁਲਬਲੇ ਘੱਟ ਹੋਏ ਨੇ ਮੈਨੂੰ ਕਹਿੰਦਾ ਤੈਨੂੰ ਗੋਲੀਆਂ ਦੇਣਾ ਲੇਕਿਨ ਨਾਲ ਸਲੋਸ਼ਨ ਵੀ ਲੱਗਣਾ ਹੈ ਫਿਰ ਮੈਂ ਇੱਕ ਬਜ਼ੁਰਗ ਨੂੰ ਮਿਲਿਆ ਮੈਂ ਕਿਹਾ ਬਾਬਾ ਜੀ ਜਿਹੜਾ ਕੰਮ ਕਰਨਾ ਮੈਨੂੰ ਘੱਟ ਪੈਂਦਾ ਬਜ਼ੁਰਗ ਨੇ ਮੇਰਾ ਮੂੰਹ ਵੇਖਿਆ ਕਹਿੰਦਾ ਪੁੱਤਰ ਤੇਰੇ ਤੇ ਸਖਤੀ ਹੈ ਤੂੰ ਕੋ ਸਦਕਾ ਦੇ ਫਿਰ ਮੈਂ ਬਾਹਰ ਨਿਕਲਿਆ ਕਿ ਭਾਈ ਚਿੜੀਆਂ ਛੱਡਣ ਲਿਆ ਸਾਨੂੰ ਮੈਂ ਕਿਹਾ 20 ਚਿੜੀਆਂ ਮੇਰੇ ਨਾਂ ਦੀਆਂ ਛੱਡ ਦੇ ਅੱਛਾ ਉਹਨੇ 20 ਚਿੜੀਆਂ ਛੱਡੀਆਂ ਮੇਰੀ ਜੇਬ 'ਚ 18 ਦੇ ਪੈਸੇ ਨਿਕਲੇ ਫਿਰ ਸਾਰੀ ਰਾਤ ਖਲੋ ਕੇ 2 ਚਿੜੀਆਂ ਫੜ ਕੇ ਵਾਪਸ ਕੀਤੀਆਂ ਵੇ ਲਾਂਤੀਆ ਵੀ ਆਖਰੀ ਬਦਨਸੀਬਾ ਤੂੰ ਗਰੀਬ ਸੀ ਕਿ ਤੇਰਾ ਪਿਓ ਵੀ ਗਰੀਬ ਸੀ ਪਿਓ ਵੀ ਬੜਾ ਅਮੀਰ ਹੁੰਦਾ ਸੀ ਬਸ ਤਕਦੀਰ ਦਾ ਕਰਨਾ ਇਹੋ ਜਿਹਾ ਹੋਇਆ ਕਿ ਸਾਰੀ ਦੌਲਤ ਸਾਡੇ ਕੋਲ ਪੂਰਾ ਪਿੰਡ ਸਾਡਾ ਆਪਣਾ ਹੁੰਦਾ ਸੀ ਓਏ ਹੋਏ ਬਸ ਸਾਰੀ ਦੌਲਤ ਸਾਡੇ ਕੋਲੋਂ ਖੁੱਸ ਗਈ ਓ ਕਿਵੇਂ ਸਾਡੇ ਪਿੰਡ ਮੇਲਾ ਲੱਗਾ ਸੀ ਅੱਛਾ ਅੱਬਾ ਜੀ ਮੌਤ ਦਾ ਖੂਹ ਵੇਖਣ ਗਏ ਨੇ ਅੱਛਾ ਉੱਥੇ ਇੱਕ ਅਸ਼ਰਫ ਨਾਮ ਦਾ ਖੁਸਰਾ ਸੀ ਫੇਰ ਅੱਬਾ ਜੀ ਨੂੰ ਉਹਦਾ ਡਾਂਸ ਚੰਗਾ ਲੱਗਾ ਸਾਰਾ ਪਿੰਡ ਮੇਲਾ ਚ ਉਹਨੂੰ ਦੇ ਦਿੱਤਾ ਫੇਰ ਅੱਜ ਕੱਲ ਅਸੀਂ ਉਸੇ ਖੁਸਰੇ ਦੇ ਕਿਰਾਏਦਾਰ ਹਾਏ ਹਾਏ ਹੁਣ ਤਾਂ ਸਾਡੇ ਕੋਲ ਖਾਣ ਨੂੰ ਵੀ ਕੁਝ ਨਹੀਂ ਹੁੰਦਾ ਸ਼ਾਮੀ 4 ਵਜੇ ਨਾ ਅੱਬਾ ਜੀ ਅੰਮੀ ਵਾਲੀ ਕਮੀਜ਼ ਪਾ ਕੇ ਜਾਂਦੇ ਨੇ ਪਿੰਡ ਦੇ ਚੌਂਕ 'ਚ ਨੱਚਦੇ ਨੇ ਤੇ ਪਿੰਡ ਵਾਲੇ ਸਾਨੂੰ ਗੰਨੇ ਗੋੜਾ ਚਾਰ ਦੇ ਰੋਟੀਆਂ ਦੇ ਦਿੰਦੇ ਨੇ ਉਹਦੇ ਨਾਲ ਸਾਡੀ ਰਾਤ ਲੰਘਦੀ ਹੁਣ ਪੂਰਾ ਪਿੰਡ ਮੇਰੇ ਅੱਬੇ ਨੂੰ ਖੁਸਰਾ ਕਹਿੰਦਾ ਤੇ ਖੁਸਰੇ ਨੂੰ ਚੌਰੀ ਖੁਸਰਾ ਕਹਿੰਦੇ ਨੇ ਮੈਂ ਕਹਿੰਦੀ ਬੜਾ ਹੀ ਬਦਨਸੀਬ ਹੈ ਨਹੀਂ ਭਰਾ ਕਹਿ ਕੇ ਫਾਰੇ ਕਰਾ ਦਫਾ ਕਰਾ ਮੈਨੂੰ ਕੁਝ ਨਹੀਂ ਲੱਭਿਆ ਤੈਨੂੰ ਵੀ ਲੱਭ ਨਹੀਂ ਤੇਰੇ ਮਸ਼ਵਰੇ ਵੀ ਖੈਰ ਹੋ ਗਏ ਮੈਂ ਪੁੱਛਾ ਅੱਬੇ ਨੂੰ ਉਹ ਬਿਲਕੁਲ ਸਹੀ ਕਹਿ ਕੇ ਗਏ ਅੰਮੀ ਅੱਬੇ ਨੂੰ ਸਮਝਾ ਮੇਰੇ ਤੇ ਕਿ ਸਭ ਅੰਬਾਰ ਛਾਏ ਪਏ ਮੈਂ ਜਿਹੜਾ ਕੰਮ ਕਰਨਾ ਉਹ ਚ ਮੇਰੇ ਨਾਲ ਇੰਜ ਹੁੰਦੀ ਮਸਲਾ ਕੋਈ ਕੰਮ ਦੱਸ ਦਿਓ ਮੈਂ ਇਲੈਕਸ਼ਨ ਦੇ ਖਲੋਤਾ ਲੋਕਾਂ ਨੂੰ ਇੰਤਖਾਬੀ ਨਿਸ਼ਾਨ ਕੁਰਸੀ ਹਾਕੀ ਕਿਸੇ ਨੂੰ ਛਤਰੀ ਮੈਨੂੰ ਇੰਤਖਾਬੀ ਨਿਸ਼ਾਨ ਮਿਲਿਆ ਮੂਲੀ ਲੋਕੀ ਬਾਕੀਆਂ ਤੇ ਮੋਹਰਾਂ ਲਾਉਂਦੇ ਨੇ ਮੇਰੇ ਨਿਸ਼ਾਨ ਤੇ ਲੂਣ ਲਾ ਫਿਰ ਮੈਂ ਕਿਹਾ ਲੂਣ ਕਿਉਂ ਲਾ ਰਹੇ ਕਹਿੰਦਾ ਜੀ ਇਲੈਕਸ਼ਨ ਚ ਵੱਧ ਅਜ਼ਮੀ ਨਹੀਂ ਹੁੰਦੀ ਕਿਹੜੇ ਪਾਸੇ ਜਾਣਾ ਤੂੰ ਵੀ ਸਿਫਾਰਿਸ਼ ਕਰਦੇ ਆਪਣੇ ਪਿਓ ਨੂੰ ਮੈਂ ਸਿਫਾਰਿਸ਼ ਤਦ ਤੱਕ ਨਹੀਂ ਕਰਾਂਗੀ ਜਦ ਤੱਕ ਤੇਰਾ ਭਰਾ ਕੰਮ ਨਹੀਂ ਕਰੇਗਾ ਹੈ ਹਾਂ ਉਹ ਕੰਮ ਨਹੀਂ ਕਰੇਗਾ ਤੇ ਮੇਰਾ ਕੀ ਕਸੂਰ ਹੈ ਤੂੰ ਤੇ ਵੈਸੇ ਰਾਜ਼ੀ ਹੈ ਨਾ ਨਹੀਂ ਮੈਂ ਤੇ ਰਾਜ਼ੀ ਹਾਂ ਪਰ ਮੇਰਾ ਪਿਓ ਨਹੀਂ ਨਾ ਰਾਜ਼ੀ ਤੇਰੇ ਪਿਓ ਨੂੰ ਤਫਾ ਗਰਾਮੀਆਂ ਵੀ ਰਾਜ਼ੀ ਤੇ ਕੀ ਕਰੇਗਾ ਕਾਜੀ ਕਿਉਂ ਬਾਜੀ
ਮੈਂ ਕਿਹਾ ਇਹਨੇ ਤੰਗ ਕੱਪੜੇ ਨਾ ਪਾਇਆ ਕਰ ਤੈਨੂੰ ਦੱਸਾਂ ਕਿਉਂ ਮੇਰੀ ਛੇੜ ਕਰਨ
ਤੇ ਰੱਖਿਆ ਹੈ। ਹਾਂ ਚਾਰ ਤੇ ਬਣਾ ਯਾਰ। ਉਹ ਆਇਆ ਨਹੀਂ ਮੁੰਡਾ ਨੌਕਰੀ ਲੈ ਕੇ ਮਿਲਣੀ? ਉਹ ਆਇਆ ਨਹੀਂ ਹਲੇ। 10,000 ਹਜੇ ਤਾਂ ਜੀ ਭਾਈ ਜੀ ਤਗੜੇ ਹੋ ਜਾਓ। ਤੁਹਾਡੀ ਮਿਹਰਬਾਨੀ ਭਾਇਆ ਨੇ ਹੁਣ ਜਿਹੜੀ ਨੌਕਰੀ ਆਈ ਹੱਸ ਕੇ ਕਬੂਲ ਕਰ ਲੈਣਾ। ਬੜੀ ਆਲਾ ਨੌਕਰੀ ਹੈ, ਤੁਹਾਡਾ ਵੀ ਦਿਲ ਲੱਗੇਗਾ ਨੌਕਰੀ। ਮੇਰੇ ਮਿਆਰ ਦੀ ਨੌਕਰੀ ਤੇ ਮੈਂ ਕਰ ਲਾਂਗਾ ਭਾਈ। ਤੁਹਾਡੇ ਹਿਸਾਬ ਦੀ ਹੈ ਬਿਲਕੁਲ, ਮੈਂ ਤੁਹਾਨੂੰ ਵਿਖਾਣਾ ਐਸੀ ਸੁਰੀਲੀ ਨੌਕਰੀ। ਬੰਟੀ ਬੰਟੀ ਦੇਖ ਬੰਟੀ, ਤੂੰ ਗਲਤ ਗੱਲ ਨਾ ਕਰਿਆ ਕਰ। ਨੌਕਰੀ ਮਿਲਾ ਕੀ ਬੈਠ ਭਾਈ ਨੇ? ਵੇਖੋ ਤੁਸੀਂ ਲਾੜਨਾ ਨਾ ਤੇ ਸੂਟ ਪਾਉਣਾ ਫਿਰਨਾ। ਪਤੀਸਾ ਵੇਚਿਆ ਕਰ, ਮਾਂ ਨੂੰ ਪੈਸੇ ਲਿਆ ਕੇ ਦਿਆ ਕਰ, ਕਿਤੇ ਦੇ ਦੇ। ਮੈਂ ਤਾਂ ਪਤੀਸਾ ਵੇਚ ਲਾ, ਤੇਰੇ ਹੱਥੋਂ ਕੋਈ ਖਾਣ ਵਾਲੀ ਚੀਜ਼ ਵੀ ਨਹੀਂ ਲੈਂਦਾ। ਪਹਿਲੇ ਸਾਲਿਆਂ ਨੂੰ ਪੁੱਛ ਲਿਆ ਜਿਵੇਂ ਅੰਦਰ ਆਈਏ। ਇਹ ਤੁਹਾਡਾ ਇਰਾਦਾ ਨਹੀਂ ਸੀ ਡਰਾਮੇ ਚ ਕੰਮ ਕਰਨ ਦਾ? ਪਹਿਲੀ ਵੇਖ ਕੇ ਨਾ ਕੁੜੀ, ਪਹਿਲੀ ਵਾਰੀ ਵੇਖ ਕੇ ਕਿਹਾ ਚੁੱਕ ਲੋ, ਵਰਨਾ ਕੂੜਾ ਵੇਖ ਕੇ ਕਹਿੰਦੇ ਰਹੇ ਚੁੱਕ ਲੋ। ਆਪਣੀ ਸਦਰ ਹੋ ਗਿਆ, ਸਦਰ ਹੋ ਗਿਆ, ਅੱਗੋਂ ਲਾਇਸੈਂਸ ਦੇਣ ਲੱਗ ਪਏ। ਆਪਣਾ ਗੱਲ ਸੁਣੋ, ਤੂੰ ਜਾਣੀ ਤੇਰਾ ਡਾਂਸ ਵੇਖ ਕੇ ਲੋਕ ਤਾਲੀਆਂ ਮਾਰਨ, ਛਾਵਾਂ ਮਾਰਨ। ਜਾਂ ਫਿਰ ਕਿਤੋਂ ਡਾਂਸ ਸਿੱਖ ਗਿਆ। ਹੋਰ ਕੀ ਹਾਲ ਹੈ? ਠੀਕ ਹੈ ਜੀ। ਅੱਲਾ ਦੀ ਸ਼ਾਨ ਵੇਖੋ, ਲਾਹੌਰ ਤੋਂ ਸੋਹਣੇ ਸੋਹਣੇ ਖੁਸਰੇ ਹੁੰਦੇ ਨੇ, ਇਹੋ ਜਿਹੇ ਖੁਸਰੇ ਇੱਥੇ ਜੇਲ੍ਹ ਵੱਲ ਹੁੰਦੇ ਨੇ, ਔਰ ਟਾਂਗੇ ਦੀ ਟੇਪ ਤੇ ਨੱਚੀ ਜਾਣਗੇ। ਮੈਂ ਵੱਲ ਵੱਲ ਕਤਲ ਕਰੇਂਦਾ, ਸ਼ਮਕ ਮਰੇਂਦਾ, ਮੜ ਜਾ ਰਹਾ। ਇਹੋ ਜਿਹੇ ਖੁਸਰੇ ਪਿੰਡ 'ਚ ਹੁੰਦੇ ਨੇ। ਜ਼ਿਮੀਂਦਾਰ ਕਹੇ ਨਾ ਡੈੱਕ ਹੈ ਨਹੀਂ, ਉਹਨੂੰ ਕਹਿੰਦੇ ਟਰੈਕਟਰ ਸਟਾਰਟ ਕਰ ਲੈ। ਹੈਲੋ, ਐਵੇਂ ਇਹੋ ਜਿਹੀ ਔਰਤਾਂ ਬੋਲਦੀਆਂ ਹੈ ਜੀ, ਕਿਆ ਹਾਲ ਹੈ, ਕੈਸੇ ਹੋ, ਤੇ ਰਕਸ਼ੇ 'ਚ ਉਤਰਨ ਲੱਗੇ ਡਿੱਗ ਪੈਂਦੀਆਂ। ਸੌਰੀ, ਆਪਣੇ ਮਾਇੰਟ ਵੀ ਕੀਆ ਮੇਰੀ ਬਾਤ ਕਾ। ਆਪਣੀਆਂ ਹਰ ਵਾਰੀ ਡਾਲਾ ਵੀ ਲਿਆ, ਉਹਨਾਂ ਨੂੰ ਵੀ ਲਿਆ। ਭੈਣਾਂ ਹੀ ਐਡੀਆਂ ਡਰਾਉਣੀਆਂ, ਪਰਸੋਂ ਇਹਦੀ ਮਾਂ ਨੇ 7 ਭੈਣਾਂ ਦੇ ਕੇ 6 ਪਿਆਲੀਆਂ ਲਈਆਂ।
ਉਹ ਬਿਆਲੀ ਵਾਲਾ ਵੀ ਕਹਿੰਦੇ ਸੀ ਭੈਣ ਨਾਲ ਕੋਈ ਲੈ ਲੈਣ ਦਾ ਬੂਟ ਨਹੀਂ ਹੈਗਾ, ਇਹਦੀ ਵੱਡੀ ਬਾਜੀ ਤੇ ਉਂਝ ਹੀ ਮੁੱਛਾਂ ਨਿਕਲ ਆਈਆਂ, ਉਹ ਆਪਣੇ ਸੱਕੇ ਖਾਵਾਂ ਦੇ ਸਾਹਮਣੇ ਬੈਠੀ ਗਈ ਜੀ। ਬਸ਼ੀਰ ਬੰਦੇ ਦਾ ਪੁੱਤ ਬਣ ਜਾ, ਮੈਂ ਤੈਨੂੰ ਕਹਿੰਦੀ ਹਾਂ। ਬਾਥਰੂਮ ਚ ਬਾਹਰ ਨਿਕਲ ਕੇ ਉਹਨੂੰ ਕਹਿੰਦਾ ਲੈ 5 ਰੁਪਏ, ਉਹ ਇਹਦੀ ਬਾਂਹ ਫੜ ਕੇ ਅੰਦਰ ਲੈ ਗਿਆ, ਕਹਿੰਦਾ ਵੇ ਹੋਇਆ ਪੰਜਾਂ ਵਾਲਾ ਕੰਮ ਹੈਗਾ ਸਾਲੇ, ਤੇ 60 ਰੁਪਏ ਧੜੀ ਨੀ ਵਾਰਾ ਖਾ। ਬਾਬਾ ਮੈਂ ਆਈ, ਤੁਸੀਂ ਹੋ? ਅੱਬੂ ਆ ਗਏ, ਅੱਬੂ ਆ ਗਏ। ਬਾਬਾ ਜੀ, ਸੋਹਰਾ ਜੀ। ਅੱਬੂ ਇਧਰ ਆ ਗਏ। ਇਹ ਕੌਣ? ਮੇਰਾ ਸੋਹਰਾ। ਨੰਬਰ ਲੈਣਾ ਜੀ? ਅੱਬਾ ਜੀ, ਹਾਂ ਬਾਬਾ ਜੀ। ਅੱਬਾ ਜੀ ਜਾ, ਬੱਤੀਆਂ ਬੰਦ ਕਰੋ, ਮੈਂ ਨੰਬਰ ਦਿਆਂ ਇਹਨੂੰ। ਬਹੁਤ ਅੱਛੇ ਅੱਬਾ ਜੀ, ਬੱਤੀਆਂ ਬੰਦ ਕਰੋ, ਸਾਡੇ ਕੋਲ ਪਹਿਲੇ ਕਬਰ ਦਾ ਹਨੇਰਾ ਖਲੋਤਾ ਹੈ। ਤਰੀਕੇ ਦਾ ਡਰਾਈਵਰ ਆ ਨਾ, ਗੱਡੀ ਛੋਟੀ, ਗੱਡੀ ਛੋਟੀ ਹੈ ਜਾਂ ਵੱਡੀ ਹੈ? ਵੱਡੀ ਹੁੰਦੀ ਫਿਰ ਕਿਸੇ ਨੂੰ, ਉਹ ਤਾਂ ਪਹਿਲਾਂ ਬੜੀ ਚੱਲੀ ਹੋਣੀ, ਰਹਿਣ ਦਿਓ। ਮੈਂ ਤਾਂ ਕੋਈ ਗੱਡੀ ਦੱਸੋ 0 ਮੀਟਰ, ਮੈਂ ਤਾਂ ਗੱਡੀ ਚਲਾ ਲੈਂਦਾ, ਮੈਂ ਤਾਂ ਯਾਮਾ ਵੀ ਸਾੜ ਦਿੱਤਾ। ਮੇਰੀ ਗੱਲ ਸੁਣੋ, ਡਰਾਈਵਰ ਕੌਣ ਬਣਨਾ? ਡਰਾਈਵਰ ਭਾਈ ਭਾਈ ਨੂੰ ਨੌਕਰੀ ਦਵਾਉਣੀ ਹੈ। ਅੱਬਾ ਜੀ ਤੁਸੀਂ ਸਮਝਿਆ ਕਰੋ, ਤੁਹਾਡਾ ਤਾਂ ਮੂੰਹ ਖੋਤਾ ਰੇੜੀ ਹੈ ਰੋਕਣ ਵਾਲਾ, ਕਿਉਂ ਤੁਸੀਂ ਗੱਡੀ ਚਲਾਉਣ ਡੇ? ਮੈਂ ਖੋਤਾ ਵੀ ਰੋਕ ਲੈਣਾ, ਰੇੜੀ ਵੀ ਰੋਕ ਲੈਣੀ ਹੈ, ਤੁਹਾਡੀ ਮਿਹਰਬਾਨੀ। ਅੱਬਾ ਜੀ ਆਈਏ, ਭਾਈ ਨੂੰ ਨੌਕਰੀ ਦੇਣ ਵਾਸਤੇ, ਇਹਨਾਂ ਦੀਆਂ ਬੜੀਆਂ ਗੱਡੀਆਂ ਨੇ ਜੀ। ਅੱਛਾ ਜੀ, ਆ ਜਾਓ ਇੱਧਰ ਆਓ। ਪਹਿਲੇ ਗੱਡੀ ਕਿੰਨੀ ਚੱਲੀ ਹੈ? 90,000 ਕਿਲੋਮੀਟਰ ਚੱਲੀ ਹੈ। ਕੁਛ ਹਾਰਨ ਤੋਂ ਬਗੈਰ ਵੀ ਆਉਂਦੀਆਂ ਨੇ, ਲੇਕਿਨ ਲੱਗਾ ਹੁੰਦਾ ਪਤਾ ਨੀ ਲੱਗਦਾ ਕਿ ਲੱਗਾ ਜਾਂ ਨਹੀਂ ਲੱਗਾ। ਦੇਖਾ ਤੁਸੀਂ, ਆਪਣਾ ਕੀ ਨਾਂ ਕੀ ਹੈ ਤੁਹਾਡਾ? ਨਾਲ ਤਿੰਨ ਸਾਰੀ ਪੂਰੀ ਕਰ ਲੋ, ਛੱਤ ਬਹਿ ਜਾ। ਅਸੀਂ ਇਸਲਾਮਾਬਾਦ ਜਾਣਾ, ਤੂੰ ਕੰਮ ਕੀ ਜਾਣਾ? ਛੱਤ ਤੇ ਬਹਿਣ ਦਾ ਵੈਸੇ ਵੀ ਤੈਨੂੰ ਪਤਾ, ਉੱਤੇ ਬਹਿ ਜਾ। ਨੌਕਰੀ ਮਿਲ ਰਹੀ ਬੜੀ ਅੱਛੀ, ਪਰ ਥੋੜੀ ਜਿਹੀ ਗੱਲ ਤੋਂ ਗੱਲ ਰਹੀ। ਉਹ ਕਹਿੰਦਾ ਤੇਰੀ ਤਨਖਾਹ ਹੈਗੀ 10,000, ਮੈਂ ਆਪਣੀ ਗੱਲ ਧੜਿਆ ਕਿ ਮੈਂ 2,500 ਲੈਣਾ, 2,500 ਲੈਣਾ। ਜ਼ਿਆਦਤੀ ਨਾ, ਤੂੰ ਜਿੰਨੇ ਜਾਇਜ਼ ਮੰਗੇ ਨਹੀਂ ਆਉਣ ਦੇ, ਉਹ ਗੀਜ਼ਰ ਤੇ ਸਹੀ ਕਰਾ ਲਓ। ਅਸਲਾਮ ਅਲੈਕਮ। ਮਾਸ਼ਾਅੱਲਾ, 30 ਤਰੀਕ ਹੈ ਉਹ। ਇਹਨੂੰ ਪਛਾਣੀ? ਨਹੀਂ। ਇਹ ਮੇਰਾ, ਇਹ ਮੇਰੇ ਭਤੀਜਾ ਹੈ।
ਹੈ ਮੇਰੇ ਵਿਰਾਹ ਦਾ ਪੁੱਤਰ ਹੈ, ਉਹ ਮੇਰੀ ਭੈਣ ਦਾ ਪੁੱਤਰ ਹੈ ਤੇ ਮੇਰਾ ਇਹ ਕੁੱਤੇ ਦਾ ਪੁੱਤਰ ਹੈ। ਅੱਬਾ ਜੀ ਸਲਾਮ ਅਲੈਕਮ, ਤੁਹਾਡਾ ਨਾਸ਼ਤਾ ਲੱਗ ਗਿਆ ਸਰ। ਕਿੱਥੇ ਪਏ? ਕੜਿੱਕੀ ਚ। ਹਰ ਵਾਰੀ ਵੇਖਦਾ ਤੂੰ ਇੰਜੀ ਪੜਵਈਆ ਫੜਨਾ। ਸ਼ੁਕਰ ਮੇਰੀ ਅੱਖਾਂ ਨੀ ਅੱਖਾਂ ਦਾ ਤਾਰਿਆ ਨੀ। ਇਹੋ ਜਿਹੇ ਕੁੱਤੇ ਗਲੀ ਦਾ ਮੋੜ ਕੱਟਣ ਲੱਗੇ ਉਧਰਲਾ ਕੰਨ ਥੱਲੇ ਸੁੱਟ ਲੈਂਦੇ। ਬਈ ਸਾਲਿਆ ਕਿਹੜਾ ਨਵਾਂ ਇੰਡੀਕੇਟਰ ਲਵਾਇਆ ਹੈ ਤੂੰ? ਇਹਨੂੰ ਇੱਕ ਬੰਦਾ ਕਹਿੰਦਾ ਆਪਣੀ ਮਾਂ ਨੂੰ ਖੁਸ਼ ਰੱਖਿਆ ਕਰ, ਉੱਠ ਤੇ ਸਹੀ ਬੋਤਲ ਦਿੱਤੀ ਖੂਨ ਦੀ। ਮਾਂ ਜੇ ਮਾਂ ਨੂੰ ਖੁਸ਼ ਰੱਖੋ, ਮੈਂ ਅੰਮੀ ਦਾ ਦੂਜਾ ਵਿਆਹ ਕਰਤਾ। ਹਾਂ ਉਹ 80-85 ਸਾਲ ਦੀ ਬੁੱਢੀ ਮਾਈ ਸਾਲ ਦਾ ਮੁੰਡਾ ਲੈ ਕੇ ਫਿਰਨ ਲਈ ਤੇ ਮੈਨੂੰ ਦੱਸਣ ਦੇ ਮੈਂ ਤੇਰਾ ਆਪਾਂ। ਇਹਦਾ ਪਿਓ ਮਰ ਗਿਆ, ਫਰਿਸ਼ਤੇ ਹਿਸਾਬ ਲੈਣ ਆਏ, ਕਹਿੰਦੇ ਉੱਠ ਕਿਹਦਾ ਬੰਦਾ? ਕਹਿੰਦਾ ਜੀ ਬਾਹੂ ਬੈਡ ਵਾਲਿਆਂ ਦਾ। ਤੇ ਇਹਦਾ ਪਿਓ ਚਾਹ ਦੀ ਦੁਕਾਨ ਕਰਦਾ ਸੀ, ਉਹ ਮਰ ਗਿਆ। ਫਰਿਸ਼ਤੇ ਕਹਿੰਦੇ ਹਿਸਾਬ ਦੇ, ਕਹਿੰਦਾ 3 ਕੱਪ ਇੱਧਰ ਗਏ, 4 ਇੱਧਰ ਗਏ, ਅੱਜ 2 ਤੇਰੇ ਸਿਰ ਚ ਗਏ। ਇੱਧਰ ਤੇ ਵੇਖੋ ਚੌਧਰੀ ਸਾਹਿਬ, ਉਹ ਮੁਰਸ਼ਦ ਅੱਜ ਤੇ ਆੜਤੀਏ ਲੱਗਣ ਡੇ ਆ। ਆ ਲੈ ਆਪਣਾ ਸਮਾਨ ਨੂੰ। ਆਵਾ ਜੀ ਲੱਗੇ ਇਹ ਸਮਾਨ ਕਾਲਾ ਟਰੰਕ। ਬੋਤਲ ਪੀਣੀ ਆ, ਬੋਤਲ ਪੀਣੀ ਆ, ਬੋਤਲ ਪੀਣੀ ਆ। ਹਾਂਜੀ ਕਿਉਂ ਨਹੀਂ? ਕਿਉਂ ਤੁਹਾਨੂੰ ਬਾਲੇ ਵਜ ਓਏ ਤੇਰੀ ਤੇਰੀ ਮਾਂ ਦੀ ਸੈਂਸ ਹੈ, ਪੁੱਠੀ ਗੱਲਾਂ ਕਰੀ ਜਾਂਦਾ। ਰਾਜਾ ਆਪਾ ਜੀ ਤੁਸੀਂ ਓਏ ਉਹਨੂੰ ਵੀ ਬੋਲ ਲੈਂਦੇ ਹੋ ਨਾ? ਬਾਤ ਨਹੀਂ ਕਰਨਾ, ਹੱਥ ਲਿਓ ਹੱਥ ਲਿਓ। ਆ ਵੇ ਮਾਮਾ ਸੋਹਰਾ ਲਾ ਲੈ। ਮੈਂ ਕਿਹਾ ਆਪਾ ਜੀ ਤੁਸੀਂ ਇੱਥੇ ਬੈਠੇ ਅੱਜ ਢੋਲ ਲੈ ਕੇ ਚੁਗੁਰ ਜੀ ਨਹੀਂ ਬੈਠਣਾ? ਕਿਉਂ ਬੇਟਾ ਤੂੰ ਤੇਰੀ ਮਾਂ ਦਾ ਉਸ ਉਸ ਹੋਏਗਾ। ਇਹਦਾ ਜਿਹੜਾ ਵੱਡਾ ਭਰਾ ਹੈ ਨਾ, ਸਭ ਤੋਂ ਵੱਡਾ ਭਰਾ, ਉਹਦੀ ਖੱਬੀ ਬਾਂਹ ਵੱਡੀ, ਉਹਦੀ ਇੱਕ ਬਾਂਹ ਹੈ। ਬਸੰਤ ਦੇ ਉਹਨੇ ਪਤੰਗ ਲੁੱਟ ਲਈ, ਫਿਰ ਖਲੋਤਾ ਰਿਹਾ ਸਾਰਾ ਦਿਨ, ਕੀ ਕਰਦਾ ਹੁਣ? ਉਹਨੇ ਵੀ ਸਾਨੂੰ ਮੈਂ ਪਾਉਣੇ ਆ, ਖਲੋ ਜਾ, ਜਾਣਾ ਹੁੰਦਾ ਯਾਰ। ਉਹ ਤੇ ਉਹ ਤੂੰ ਕਰ ਗਿਆ ਨਾ ਕਿਤੇ ਫਿਰ ਤੂੰ ਸੀਰੀਅਲ ਬਣਾ ਕੇ ਆ ਗਿਆ ਕੋਈ ਮਰੇ। ਚੱਲ ਇੱਕ ਭਰਾ ਬੋਲ ਲਾ ਕੁੱਬਾ, ਇਹਦਾ ਭਰਾ ਕੁੱਬਾ ਇੰਜ ਫਿਰਦਾ ਹੀ ਉੱਦਾਂ ਨਹੀਂ ਹੋਇਆ ਜੇ ਨਾ ਹੀ ਇੱਦਾਂ ਚੰਨ ਵੇਖਣਾ ਹੋਵੇ ਤੇ ਨਹਿਰ ਤੇ ਜਾਂਦਾ ਹੀ ਹੈ। ਮੁਸਲਮ ਸ਼ੇਖ ਸਾਹਿਬ ਕਰ ਲੋ, ਅੰਮ੍ਰਿਤਸਰ ਫੜਦਾ, ਇਹ ਤੁਹਾਡੀ ਬੱਚੀ ਵੀ ਫੜਦਾ। ਚੱਲ ਹੁਣ ਬਾਹਰ ਖਲੋਤਾ, ਡਾਲਾ ਲੈ ਆ, ਲੈ ਯਾਰ। ਸੈਲਮੇ ਦੀ ਬੁਕਿੰਗ ਦੇ ਵਿੱਚ ਆਪਣੀ ਬੁੱਢੀ ਦੇ ਸੋਨੇ ਦੇ ਕਾਂਟੇ ਫੜਾਈ ਜਾ ਰਹੇ। ਕਹਿੰਦਾ ਮੈਂ ਕਾਂਟੇ ਵੇਚਣੇ ਨੇ, ਉਹ ਕਹਿੰਦੇ ਭਾਈ ਇਹ ਸੈਲਮਾ, ਕਹਿੰਦਾ ਬਾਹਰ ਤੇ ਤੁਸੀਂ ਭੋਲਾ ਸੁਨਿਆਰਾ ਲਿਖਿਆ, ਫਿਰ ਤਾਂ ਕੇ ਲੰਮੇ ਹੋਣਾ, ਫਿਰ ਕਾਫੀਆ ਕੱਢਿਆ ਉਹਨਾਂ ਨੇ। ਇਹੋ ਜਿਹੇ ਮੁੰਡੇ ਫੈਕਟਰੀ ਦੀ ਛਾਤੇ ਰੋਡੇ ਨੇ, ਪੈਸੇ ਨਹੀਂ ਦੇਣੇ ਤੇ ਮੇਰੇ ਕੱਪੜੇ ਤੇ ਵਾਪਸ ਕਰੋ। ਇਹ ਵੀ ਉੱਥੇ ਰਹਿਣ ਡਿਆ, ਨਾ ਕੱਪੜੇ ਦਿਓ ਨਾ ਪੈਸੇ ਦਿਓ, ਸਾਥ ਲੈਣ ਦਿਓ। ਵਾਹ ਜੀ, ਤੁਸੀਂ ਕੌਣ ਹੋ ਜੀ? ਮੈਂ ਫੈਕਟਰੀ ਵਾਲਾ। ਤੁਸੀਂ ਫੈਕਟਰੀ ਵਾਲੇ ਹੋ? ਜੀ ਵੀ ਗੱਲ ਕਰ ਲਓ। ਇਹ ਹਲੇ ਬਾਬੇ ਮੈਦਾਨ ਚ ਖਲੋ ਕੇ ਰੋਣ ਦੇ ਉਧਰ, ਇਸ ਤਰ੍ਹਾਂ ਐਵੇਂ ਰੋਣ ਦੀ ਆਦਤ ਨਹੀਂ ਹੋ ਗਈ। ਤੂੰ ਜਿਹੜਾ ਕੰਮ ਬੈਠਾ ਵੇਲਾ ਆਇਆ, ਹੋਰ ਲਓ। ਇਹਨਾਂ ਨੂੰ ਡਰਾਈਵਰ ਚਾਹੀਦਾ ਬੇਟਾ, ਡਰਾਈਵਰ ਚਾਹੀਦਾ। ਇਹ ਤੇ ਡਰਾਈਵਰ ਸ਼ੇਦਰ ਅੱਲਾ ਤਾਲਾ ਦਾ ਹੈ। ਉਹ ਬੋਲ ਲੈ ਤੂੰ ਵੀ। ਠੀਕ ਬੋਲ ਲੈ ਕਿ ਸ਼ੁਕਰ ਹੈ। ਮੁੰਡਾ ਕਹਿੰਦਾ ਸ਼ੇਲ ਕੋ ਇਸਤੇਮਾਲ ਕਰਦੇ ਹੋ, ਜਿਹੜਾ ਕੋ ਦੇ ਜੇ ਨਹੀਂ ਇਸਤੇਮਾਲ ਕਿਹੜਾ ਕਰਦੇ ਹੋ?
ਸਨਸਲਿਕ ਉਹ ਤੇ ਹੈ ਇਸਤੇਮਾਲ ਕਿਹੜਾ ਕਰਦੇ ਹੋ ਤੇ ਸਨਸਲਿਕ ਕੇ ਸਾਹਮਣੇ ਲੱਗ ਕੇ ਬੈਠੀ ਰਹਿੰਦੀ ਹੋਰ ਕਿਸੇ ਇਸਤੇਮਾਲ ਕਰਦੇ ਇਸੇ ਤਰ੍ਹਾਂ ਮੈਂ ਵੀ ਕਰਦਾ ਜੀ ਅੱਛਾ ਆਇਓ ਡੈਸ ਆਹ ਜੀ ਤੁਹਾਡਾ ਕੰਮ ਜੀ ਸੱਟਾ ਵਾਲਾ ਹੋਇਆ ਸੱਟਾ ਰੱਬ ਇਹ ਇਹੋ ਚੌਧਰੀ ਜਿਹੜਾ ਆਪਣੀ ਪੰਚਾਇਤ ਚ ਬੈਠਾ ਕਰਦਾ ਉਹ ਕਿਸੇ ਕੁੱਤੇ ਦੀ ਨਹੀਂ ਸੁਣ ਲਿਆ ਕਰੋ ਇਹ ਉਹ ਮਸਕੀਨ ਜਿਹੜਾ ਪੰਚਾਇਤ ਦੇ ਉੱਠ ਕੇ ਕਹਿ ਦਿੰਦਾ ਨਹੀਂ ਜੀ ਸਾੜੀਆਂ ਪਹਿਣਾ ਠੀਕ ਨਹੀਂ ਹੋਣੀਆਂ ਅੱਛਾ ਇਹੋ ਜਿਹੇ ਨਾ ਚਲਾਕ ਖੋਤੇ ਹੁੰਦੇ ਨੇ ਕਮਿਆਰ ਦੋ ਇੱਟਾਂ ਰੱਖੇ ਤੇ ਤੁਰ ਪੈਂਦਾ ਬਈ ਸਾੜਿਆ ਬਾਕੀ ਬੋਰਾ ਤੇਰੇ ਪਿਓ ਨੇ ਭਰਨਾ ਦੋ ਇੱਟਾਂ ਲਾ ਕੇ ਦੇ ਬੱਚੇ ਕਿਹਾ ਮੁੱਦਾ ਲੈ ਅੱਛਾ ਤੇਰਾ ਕੁੱਤਾ ਵੀ ਇੰਜ ਹੀ ਜਾਂਦਾ ਤੇਰਾ ਖੋਤਾ ਵੀ ਇੰਜ ਹੀ ਜਾਂਦਾ ਛੱਡ ਤੂੰ ਇਸੇ ਗੱਲ ਨੂੰ ਖੋਤੇ ਤੇ ਬਹਿਣ ਲੱਗਾ ਤੇਰਾ ਪਿਓ ਬੜਾ ਵੱਡਾ ਸ਼ਰਾਬੀਆ ਸੀ ਇਹਦਾ ਇਹਦੇ ਪਿਓ ਨੂੰ ਕਿਸੇ ਨੇ ਅੱਧੀ ਸ਼ਰਾਬ ਦੀ ਬੋਤਲ ਦਿੱਤੀ ਸਾਈਕਲ ਤੇ ਲਾ ਕੇ ਤੇ ਜਾ ਰਹੇ ਅੱਗੇ ਉਹਦਾ ਐਕਸੀਡੈਂਟ ਹੋਇਆ ਤੇ ਅੱਜ ਕਰਕੇ ਡਿੱਗਿਆ ਤੇ ਇੱਥੇ ਉੱਠੇ ਤੇ ਗਿੱਲੀ ਹੋਈ ਸੀ ਕਹਿੰਦਾ ਯਾ ਅੱਲਾ ਖੂਨ ਹੀ ਹੋਵੇ ਯਾ ਅੱਲਾ ਖੂਨ ਹੀ ਹੋਵੇ ਬਈ ਸਾਲਿਆ ਸ਼ਰਾਬ ਦਾ ਕਹਿ ਟੁੱਟ ਵੀ ਜਾਏ ਤੇ ਖੈਰ ਉੱਠੇ ਨਹੀਂ ਰੁੜੀ ਨਹੀਂ ਜਿਹੜਾ ਲਿਆ ਖੋਤਾ ਖੋਤਾ ਗਿਆ ਲੈਣ ਤੂੰ ਬਹਿਣਾ ਉਹ ਜੁੱਤੀ ਲਾ ਸਾਲੀਏ ਜਿਹੜੇ ਕੰਮ ਆਈ ਆ ਬਾਬਾ ਜੀ ਤੇ ਚੌਂਦੇ ਨਹੀਂ ਹੋਣੇ
ਗੁੱਡ ਆ ਲਿਆ ਟੋਕਨ ਦੇ ਜੁੱਤੀ ਨਹੀਂ ਲੈਣੀ ਟੋਕਨ ਨਹੀਂ ਹੈ ਤੇਰੇ ਕੋਲ ਤੇ ਫਿਰ ਜੁੱਤੀ ਵੀ ਨਹੀਂ ਹੈ ਦੱਸੋ ਯਾਰ ਇੱਥੇ ਕਮਾਉਣਾ ਕੀ ਹੈ ਬਗੈਰਤੀ ਬਾਹਰ ਆ ਜਾਣੀ ਪਹਿਲਾਂ ਇਹਦੀ ਸੁਣ ਲੋ ਜਵਾਨ ਹੋ ਗਈ ਹੈ ਇਹ ਮੈਂ ਕੀਤੀ ਹੈ ਆਪੇ ਹੋਈ ਹੈ ਐਡੀ ਜਿਹੀ ਮੈਂ ਜੰਮੀ ਆਈ ਐਡੀ ਐਡੀ ਹੋ ਗਈ ਹੈ ਬੜਾ ਤੇਰਾ ਮੂੰਹ ਜਿਵੇਂ ਹਲਕੀ ਹਲਕੀ ਬਾਰਾਂ ਚ ਬਾਂਦਰ ਸੁੱਤਾ ਹੁੰਦਾ ਤੂੰ ਕੌਣ ਹੈ ਮੇਰਾ ਹੱਥ ਤੇਰੇ ਗਾਨੇ ਤੇ ਮਰਾਸੀ ਨੀ ਹੱਥਾ ਤੂੰ ਬਦਮਾਸ਼ ਹੈ ਬਦਮਾਸ਼ੀ ਹੈ ਤਫਨ ਜਹਾਨ ਦੀ ਹੈ ਹੈ ਹੁਣ ਕਰ ਜੀ ਬੱਤ ਹੈ ਉਹ ਭਾਜੀ ਮੂੰਹ ਨਿਕਲ ਗਈ ਹੈ ਤੇ ਮੂੰਹ ਦੁਕੜਦਾ ਕਿਉਂ ਤੇਰਾ ਬੰਨ ਦਿੱਤੀ ਹੈ ਤੂੰ ਗੋਲੀਆਂ ਫਾਇਰ ਕਰ ਅੰਨੀ ਜਾ ਤੂੰ ਜੁੱਤਾ ਕਰਦਾ ਤੂੰ ਮੈਨੂੰ ਕੱਲਾ ਵੇਖ ਕੇ ਹੱਥ ਚੁੱਕ ਰਿਹਾ ਨਾ ਤੇਰੇ ਨਾਲ 20 ਬੰਦੇ ਆਏ ਹੈ ਮੇਰੇ ਨਾਲ ਜਿਹੜਾ ਆਇਆ ਨਾ ਉਹਨੂੰ ਵੇਖ ਕੇ ਤੂੰ ਆਪੇ ਹੀ ਡਰ ਜਾਏਗਾ ਡਰ ਜਾਏਗਾ ਤੂੰ ਨਾਲ ਕੁੱਤਾ ਲੈ ਕੇ ਆਇਆ ਇੱਥੇ ਆ ਇਹ ਕਿਹੜਾ ਜੰਮ ਜੰਮ ਕੇ ਸੁੱਟੀ ਜਾਂਦਾ ਹੈ ਦੱਸੋ ਯਾਰ ਅੰਦਰ ਵੀ ਕੁੱਤੇ ਤੇ ਬਾਹਰ ਵੀ ਕੁੱਤੇ ਆ ਤੇਰੀ ਮੇਰੇ ਤੋਂ ਗੱਲ ਹੋਈ ਹੈ ਇਹ ਤਾਂ ਮੈਨੂੰ ਨਹੀਂ ਸੀ ਉਹਨੇ ਆਖਣਾ ਕੁੱਤਿਆਂ ਤੋਂ ਜ਼ਿਆਦਾ ਚਾਚਾ ਜੀ ਤਬੀਅਤ ਦਾ ਕੀ ਹਾਲ ਹੈ ਭਾਰਲਾ ਦਾ ਸ਼ੁਕਰ ਹੈ ਹੋਰ ਸੁਣਾਓ ਕਿੱਥੇ ਤੇਰੀ ਅੰਮੀ ਬਸ ਬਸ ਆ ਗਿਆ ਮੇਰਾ ਇਹ ਸਾਰੇ ਤੂੰ ਲੈ ਗਿਆ ਹਾਂਜੀ ਇਹ ਲੈ ਗਿਆ ਇਹਨੇ ਸਿੱਧਾ ਉਹ ਪੈਸੇ ਨਹੀਂ ਲੈਂਦਾ ਆਈ ਜਾ ਜਨਾਬ ਕੀ ਮਾਰਦੇ ਹੋ ਹੈ ਕੀ ਮਾਰਦੇ ਹੋ ਉਦੋਂ ਤੂੰ ਸੁੱਤਾ ਹੁੰਦਾ ਹੈ ਕੀ ਬਣਾਉਣਾ ਮੈਂ ਤਾਂ ਗੋਲੀ ਗਾਲੀ ਕਰਵਾਵਾਂਗਾ ਜੀ ਹੁਣ ਗੋਲੀ ਕਰਵਾਵਾਂਗਾ ਕੌਣ ਹੈ ਕੌਣ ਹੈ ਐ ਤੁਸੀਂ ਸਭ ਜਾਣਦੇ ਨਹੀਂ ਹੋ ਹੈ ਬੌਸ ਤੇ ਮੇਰੇ ਬੌਸ ਭਾਬੀ ਹਾਂ ਤੂੰ ਬਸ ਇਜੀ ਰਹਿਣਾ ਬੌਸ ਆ ਕੇ ਨਾ ਕਰੇ ਹਾਂ ਲੈ ਭਾਬੀ ਇਹ ਭਾਬੀ ਹੈ ਜਿਹੜਾ ਇਹ ਕੌਣ ਹੈ ਹਾਂਜੀ ਇਹ ਕੌਣ ਹੈ ਇਹ ਆਵੇਂ ਬਸ ਇਹ ਆਪਣਾ ਜਿਹੜੇ ਨਾਜ਼ਮ ਹਰੇ ਨਹੀਂ ਹਾਂਜੀ ਉਹਨਾਂ ਨੂੰ ਖੁਸ਼ ਕਰਦੀ ਹੈ ਇਹ ਮੇਰੇ ਬੱਚੀ ਜਨਾਬ ਬਸ ਜਨਾਬ ਦੋ ਵੋਟਾਂ ਤੋਂ ਅਸੀਂ ਵੀ ਆ ਰਹੇ ਹਾਂ ਹਾਂਜੀ ਬੇਟਾ ਉਹਨਾਂ ਅਸਲ ਆਓ ਸੁਣੀਏ ਇਹ ਜਨਾਬ ਤੁਹਾਡਾ ਵਿਆਹ ਹੋਇਆ ਜੀ ਨਹੀਂ ਜੀ ਫਿਰ ਵੀ ਨਹੀਂ ਹੋਇਆ ਅੱਲਾ ਪਾਕ ਤੁਸੀਂ ਦੱਸੋ ਹੁੰਦਾ ਫਿਰ ਆ ਜਾਂਦਾ ਦੱਸੋ ਇਹ ਹੋਇਆ ਕੋਈ ਹੈ ਤਾਂ ਦੱਸੋ ਯਾਰ ਤੁਸੀਂ ਇੱਥੇ ਕੀ ਇਸ਼ਾਰੇ ਨੇ ਘਰ ਲਿਆ ਅਸੀਂ ਹਰ ਬੰਦਾ ਇੱਥੇ ਆਪਾਂ ਜੀ ਚੁੱਪ ਕਰੋ ਐਸਾ ਬੋਲੋ ਬਦਮਾਸ਼ ਆਇਆ ਹੋਇਆ ਚਾਚੀ ਤਬੀਅਤ ਦੇ ਪੈਂਟਰ ਬਾਬੂ ਓਏ ਆਜ਼ਾਦ ਹੋ ਗਿਆ ਵੈਰੀ ਗੁੱਡ ਕੀ ਬਾਤ ਹੈ ਭਈਆ ਪਹਿਲੀ ਕਿੜਕੀ ਵੇਖੀ ਜਿਹੜੀ ਆਪ ਚੂਹਾ ਫੜਦੀ ਆਜ਼ਾਦ ਤੇਰੇ ਅੱਖਾਂ ਦੇ ਅੱਗੇ ਮਿਲਦਾ ਕਿੱਥੇ ਦੇ ਬੇਟਾ ਮਾਂ ਆ ਤੂੰ ਗੋਲੀ ਖਾਲੀ ਸੁਟਾ ਯਾਰ ਓਏ ਬਦਮਾਸ਼ਾ ਓ ਤੂੰ ਇੱਥੇ ਕਿਉਂ ਪਰ ਆਹੋ ਇੱਥੇ ਕਿਉਂ ਆ ਆਏ ਮਾਮਾ ਜੇ ਤੂੰ ਐਡਾ ਹੀ ਬਦਮਾਸ਼ ਹੈ ਹਾਂ ਤੇ ਉੱਥੇ ਖਲੋ ਜਿੱਥੇ ਪਹਿਲੇ ਸੀ ਅਜੀ ਉਹ ਬਦਮਾਸ਼ ਹੈ ਤੇ ਕਹਿ ਰਿਹਾ ਪੱਕਾ ਨਹੀਂ ਹੈਗਾ ਹਾਂ ਮੈਂ ਕਹਿ ਦਨੇ ਆ ਤੇ ਬਾਹਰੋਂ ਕੋਈ ਨਵੀਂ ਐਂਟਰੀ ਮੇਰੇ ਖਾਲੇ ਆਣ ਕੌਣ ਦੱਸ ਆ ਮੈਂ ਪੱਖਾ ਵਾਪਸ ਨਹੀਂ ਕਰਨਾ ਨਹੀਂ ਕਰਨਾ ਨਹੀਂ ਤੇ ਮਾਮਾ ਕਿਸ਼ਤਾਂ ਦੇ ਭਾਈ ਕਰ ਲੈ ਭਾਈ ਮਾਰ ਤੂੰ ਤਾਂ ਕਰ ਲੈ ਕੋਪਾ ਕੋਣ ਤੁਸੀਂ ਮਾਰਿਆ ਅਜੀ ਐਸ ਬੰਦੇ ਨੂੰ ਮੈਂ ਜਾਣਨਾ ਐਸ ਭਾਈ ਮੈਂ ਕੀ ਹਾਲੇ ਇਹਦੇ ਮੈਨੂੰ ਕੀ ਆਇਆ ਆ ਕੱਢ ਲੈ ਕੋਈ ਦੋ ਤੇ ਬੰਦੇ ਅਸੀਂ ਕਿਹੜਾ ਸਿਆਵਾ ਬਾਜੀ
ਓਏ
ਚਲੋ ਟੁਰ ਪੋ ਫਿਰ ਅੱਗੇ ਪਹੁੰਚਦੇ ਰਾਤ ਪੈ ਜਾਣੀ ਤੇਰੀ ਵਜ੍ਹਾ ਤੋਂ ਪਾਇਲਟ ਨੇ ਜਹਾਜ਼ ਜ਼ਮੀਨ ਚ ਮਾਰ ਦਿੱਤਾ ਇਹ ਖਲੋਤਾ ਸੀ ਉਹਨੇ ਕਿਹਾ ਹੋਰੇ ਬੰਦੇ ਨਿੱਕੇ ਨਿੱਕੇ ਨਜ਼ਰ ਆ ਰਹੇ ਜ਼ਮੀਨ ਦੂਰ ਬਾਜ਼ਾਰ ਬਾਜ਼ਾਰ ਚੋਂ ਮਾਰ ਪਈ ਉਹਨਾਂ ਨੂੰ ਕਹਿੰਦਾ ਦੋ ਪੌਣੇ ਦੇ ਉਹ ਕਹਿੰਦਾ ਚੱਲ ਤੂੰ ਸੂਟ ਸਵਾ ਲੈਣੇ ਅਸੀਂ ਵੀ ਦੇਣੇ ਬੜੀ ਦੂਰ ਨਿਕਲ ਆਇਆ ਅਸੀਂ ਸੁੱਤੇ ਹੋਏ ਆ ਬਿੱਲਾ ਬੋਲਣਾ ਲਿਆ ਸਾਰੇ ਨੂੰ ਤੂੰ ਗਲਤ ਨੰਬਰ ਦੇਣੇ ਨੇ ਮੈਂ ਤੈਨੂੰ 10,000 ਰੁਪਏ ਮਹੀਨਾ ਦਿਆ ਕਰਾਂਗਾ ਅੰਨੀ ਦੇ ਤਾਂ ਲੱਕ ਹੀ ਕੋਈ ਨਹੀਂ ਬਾਬਾ ਮੈਂ ਹੱਥ ਪਾਇਆ ਤੇ ਪਤਾ ਨਹੀਂ ਕਿੱਥੇ ਹੱਥ ਪੈ ਗਿਆ ਬਾਬਾ ਜੀ ਸਾਰਿਆਂ ਨੇ ਨੰਬਰ ਦਿੰਦੇ ਆ ਸਾਡਾ ਨੰਬਰ ਕਦੋਂ ਆਏਗਾ ਉਹਨੂੰ ਹੈਂ ਬਸ ਤੇਰਾ ਵੀ ਆਣ ਵਾਲਾ ਜਲਦੀ ਕਰੋ ਯਾਰ ਲਾਈਨ ਬੜੀ ਲੰਮੀ ਹੈ ਹੈਂ ਬਾਹਰ ਨਿਕਲੋ ਮੈਂ ਜਨਾਬ ਇੱਥੇ ਵੈਸੇ ਹੀ ਆ ਹੋਰ ਸੁਣਾਓ ਕੀ ਪੁੱਛ ਰਹੇ ਹੋ ਭਾਈ ਹੈਂ ਅੱਬਾ ਜੀ ਠਹਿਰ ਜਾਓ ਆਪਾਂ ਠਹਿਰੇ ਹੈਲੋ ਅੱਬਾ ਜੀ ਹਾਂ ਇਹ ਮੇਰੀ ਧੀ ਹੈ ਬਾਬਾ ਕਿੱਥੇ ਇੰਨੇ ਪੈਸੇ ਰੁੜ ਗਏ ਥੋੜ ਜੇ ਹੋਰ ਸਹੀ ਇਹਦਾ ਵੇਲ ਗੱਲ ਕਿਸੇ ਕੀਤੀ ਸੂ ਬਾਬਾ ਹੱਥ ਹੀ ਥੋ ਅੱਗੇ ਨਹੀਂ ਗਿਆ ਜਿੱਥੇ ਇੰਨੇ ਰੁੜ ਗਏ ਕਿੰਨੀ ਹੋਰ ਸਹੀ ਹੱਥ ਅੱਗੇ ਗਿਆ ਨਹੀਂ ਇਹਦੀ ਗੱਲ ਤੇ ਅੱਗੇ ਆ ਗਈ ਨਾ ਉਂਗਲਾ ਵੇਖੋ ਉਂਗਲਾ ਵੇਖੋ ਇਹ ਨਹੀਂ ਕਹਿ ਸਕਦਾ ਆਪਣਾ ਗੱਲ ਸੁਣੋ ਭਾਈ ਵੈਸੇ ਤੁਹਾਨੂੰ ਕਦੀ ਲੱਗਾ ਨੀ ਤੁਹਾਡਾ ਮੂੰਹ ਬੜਾ ਵੱਡਾ ਇਹ ਤੂੰ ਅਜੇ ਪੂਰਾ ਵੇਖਿਆ ਨਹੀਂ ਅਰੇ ਤੁਸੀਂ ਗੱਲਾਂ ਕਰ ਰਹੇ ਹੋ ਹਾਂਜੀ ਗੱਲਾਂ ਕਰ ਰਹੇ ਹੋ ਹਾਂਜੀ ਇਹ ਜਦੋਂ ਥੱਕ ਜਾਓਗੇ ਨਾ ਤੇ ਮੂੰਹ ਮੈਨੂੰ ਫੜਾ ਦੇਣਾ ਜਿਸਲੇ ਮੈਂ ਥੱਕ ਜਾਵਾਂ ਨਾ ਤੈਨੂੰ ਫੜਾਵਾਂਗਾ ਤੂੰ ਗਲਤ ਤਰੀਕਾ ਬਣਾਇਆ
ਕਿਉਂ? ਆਪਣੀ ਅੰਮੀ ਨੂੰ ਕਹਿੰਦਾ 10 ਰੁਪਏ ਦਿਓ, ਕਹਿੰਦੀ ਹੈ ਨਹੀਂ, ਕਹਿੰਦਾ ਬੈਗ ਚ ਉਸਤਰੇ ਰੱਖੇ। ਇਹ ਆਪਣਾ ਦੱਸ, ਆਪ ਆਪਣੇ ਬੱਕਰੇ ਨੂੰ ਰੱਸੀ ਪਾ ਕੇ ਬਾਹਰ ਆਇਆ, ਬਾਹਰ ਇੱਕ ਬੰਦਾ ਕਹਿੰਦਾ ਕੁੱਤੇ ਆ ਨਾ ਫਿਰ ਰਿਹਾ, ਕਹਿੰਦਾ ਸ਼ਰਮ ਕਰੋ ਭਾਜੀ ਲੈ ਲੈ, ਅੱਗੋ ਬੰਦਾ ਕਹਿੰਦਾ ਲੈ ਲੈ ਨੂੰ ਤੂੰ ਪੁੱਛਣ ਡਿਆ। ਇਹ ਦੋਵੇਂ ਗੱਲਾਂ ਨਹੀਂ ਸਨ, ਇਕਲਾਵਾਂ ਸਨ। ਤੇ ਇਹ ਵੇਲਾ 7ਵੀਂ ਮੰਜ਼ਲ ਤੋਂ ਥੱਲੇ ਡਿੱਗਿਆ, ਆਠਾ 5-6 ਬੰਦੇ ਆ ਰਹੇ। ਭਾਜੀ ਖੈਰ ਕੀ ਹੋਇਆ? ਕਹਿੰਦਾ ਪਤਾ ਨਹੀਂ ਜੀ, ਮੈਂ ਤੇ ਆਪ ਹੋ ਰਿਹਾ। ਅੱਛਾ, ਆਮ ਬੰਦਾ ਕਿਸੇ ਉੱਚੀ ਜਗ੍ਹਾ ਤੋਂ ਡਿੱਗਣਾ ਤੇ ਆਵਾਜ਼ ਹੁੰਦੀ ਆਠਾ, ਐਮ ਜਾ ਕਿਸੇ ਉੱਚੀ ਜਗ੍ਹਾ ਤੋਂ ਡਿੱਗੇ ਤੇ ਆਵਾਜ਼ ਹੁੰਦੀ ਠਾ ਆ। ਜਾਨ ਕਿਹਨੂੰ ਦੇਣੀ ਤੁਸੀਂ? ਜਾਨ ਕਿਹਨੂੰ ਦੇਣੀ? ਦੇਣੀ ਤੇ ਬੰਦਿਆਂ ਨੂੰ ਐ ਲੱਗਣਾ ਹਲਕੀ ਹਲਕੀ। ਸਹੀ ਦੱਸੋ ਜਾਨ ਕਿਹਨੂੰ ਦੇਣੀ? ਅੱਲਾ ਲੋ, ਪਰ ਵੱਡੀ ਕੁੜੀ ਤੁਸੀਂ ਮੈਨੂੰ ਦੇਣੀ ਹੈ। ਤੇਰੀ ਸ਼ਾਦੀ ਕਰਾਣੀ ਹੈ ਆਪਣਾ, ਤੂੰ ਮੇਰੀ ਧੀ ਦਾ ਵਿਆਹ ਦੇਣਾ ਆਪਣਾ ਆਪਣਾ ਬੌਂਡਾ ਲਿਆ ਸਦਕੇ ਜਾਵਾ, ਨੈਪੀ ਬੰਨੀ ਹੈ ਤੁਹਾਡੀ ਮਿਹਰਬਾਨੀ, ਵੱਡਾ ਭਰਾ ਨੌਕਰੀ ਨੀ ਕਰਦਾ, ਮੇਰਾ ਕੀ ਕਸੂਰ ਹੈ ਬਾਜੀ? ਮੇਰਾ ਤੇ ਵਿਆਹ ਕਰਾ ਦੇਣਾ, ਤੁਹਾਡੀ ਮਿਹਰਬਾਨੀ ਹੈ। ਮੇਰੀ ਮੈਂ ਹੁਣ ਤੈਨੂੰ ਨਾ ਆਪਣਾ, ਤੁਹਾਡੀ ਮਿਹਰਬਾਨੀ ਆ ਬਾਜੀ, ਘਰ ਦੇ ਵਿਆਹ ਵੱਡਾ ਨੌਕਰੀ ਨੀ ਕਰਦਾ, ਮੇਰਾ ਕੀ ਕਸੂਰ ਹੈ ਆਪਾ ਜੀ? ਮਾਸ਼ਾ ਅੱਲਾਹ, ਝੂਠਾ ਪੀਰ ਕੀ ਹੋਇਆ ਬਾਬਾ ਜੀ? ਉਹ ਚੋਰੀ ਸਾਹਿਬ ਉਹਨੇ ਮੈਨੂੰ ਠੱਗ ਲਿਆ। ਕੀ ਹੋਇਆ? ਕੀ ਕੀ ਹੋਇਆ? ਉਹਨੇ ਨੰਬਰ ਗਲਤ ਦੱਸ ਕੇ ਮੇਰੇ ਪੈਸੇ ਖੋ ਲੈ ਨੇ। ਇਹ ਤੇ ਬੇੜੇ ਗਰਕ ਹੋਏ ਨੇ ਨਾ, ਲੋਕੀ ਇਹ ਪੁੱਛਦੇ ਨੇ ਕਿ ਜਿਹੜਾ ਬੰਦਾ ਨੰਬਰ ਦੇ ਰਿਹਾ ਠੀਕ ਹੈ ਜਾਂ ਗਲਤ ਹੈ। ਉਹ ਕੀ ਜ਼ਰੂਰਤ ਹੁੰਦੀ ਤੈਨੂੰ ਨੰਬਰ ਲੈ ਕੇ? ਹੈਂ ਬੇਵਕੂਫ ਬੇਵਕੂਫ ਲੋਕ ਤੁਸੀਂ, ਉਹ ਬੰਦੇ ਬੰਦੇ ਕੋਲ ਮੰਗਦੇ ਫਿਰਦੇ ਹੋ, ਉਹਦੇ ਕੋਲ ਮੰਗੋ ਜਿਹੜਾ ਕੁੱਲ ਕਾਇਨਾਤ ਦਾ ਮਾਲਕ ਹੈ। ਇੱਕ ਵਾਰੀ ਮੰਗ ਕੇ ਤੇ ਵੇਖੋ। ਅੱਛਾ, ਇਨਸ਼ਾਅੱਲਾ ਮੰਗਾਂਗਾ ਮੈਂ। ਤੁਸੀਂ ਟੈਨਸ਼ਨ ਨਹੀਂ ਲੈਣੀ ਚਾਚਾ ਜੀ। ਅੱਛਾ ਜੀ, ਤੁਹਾਡਾ ਨੰਬਰ ਲੱਗ ਗਿਆ। ਕਿੱਥੇ? ਇਹ ਤੁਸੀਂ ਮਾਲ ਰੋਡ ਤੇ ਜਾਣਾ ਹੈ। ਅੱਛਾ, ਨਾ ਇਧਰ ਵੇਖਣਾ ਨਾ ਇਧਰ ਵੇਖਣਾ, ਤੁਹਾਡਾ ਹੀ ਨੰਬਰ ਲੱਗ ਗਿਆ।